ਦਾਨਿਕ ਸੂਰਾ ਟੀਵੀ ਦੇ ਖੇਰੇ ਦਰਸ਼ਕਾਂ ਦਾ ਸਵਾਗਤ ਹੈ ਦਰਸ਼ਕੋ ਚੰਡੀਗੜ੍ਹ ਨਗਰ ਨਿਗਮ ਦੀ ਮੇਅਰ ਦੀ ਚੋਣ ਆ ਗਈ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਮ ਆਦਮੀ ਪਾਰਟੀ ਦੇ ਜੋ ਪਟੀਸ਼ਨਰ ਸੀਗੇ ਪ੍ਰਧਾਨਗੀ ਅਹੁਦੇ ਦੇ ਜਿਹੜੇ ਉਹਨਾਂ ਵੱਲੋਂ ਨਾਮਿਨੇਟ ਕੀਤੇ ਗਏ ਉਮੀਦਵਾਰ ਨੇ ਉਹਨਾਂ ਦੀ ਪਟੀਸ਼ਨ ਦੇ ਉੱਤੇ ਸੁਣਵਾਈ ਕਰਦੇ ਹੋਏ 30 ਜਨਵਰੀ ਜਿਹੜੀ ਹੈ ਉਹ ਤਰੀਕ ਨਿਯਤ ਕਰ ਦਿੱਤੀ ਹੈ ਹਾਲਾਂਕਿ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ 6 ਫਰਵਰੀ ਦੀ ਤਰੀਕ ਪਾਈ ਸੀ 18 ਜਨਵਰੀ ਨੂੰ ਚੋਣ ਹੋਣੀ ਸੀ ਪਰ ਪ੍ਰੈਜਾਈਡਿੰਗ ਅਫਸਰ ਅਨਿਲ ਮਸੀ ਜੋ ਕਿ ਭਾਰਤੀ ਜਨਤਾ ਪਾਰਟੀ ਦੇ ਆਫਿਸ ਬਿਰਦਰ ਵੀ ਰਹੇ ਨੇ ਮਾਈਨੋਰਟੀ ਸੈਲ ਦੇ ਉਹਨਾਂ ਦੀ ਤਬੀਅਤ ਅਚਾਨਕ ਖਰਾਬ ਹੋ ਜਾਣ ਕਾਰਨ ਇਹ ਚੋਣ ਜਿਹੜੀ ਐ ਟਲ ਗਈ ਸੀ ਪਰ ਤਰੀਕ ਬਹੁਤ ਲੰਮੀ ਹੋਣ ਕਰਕੇ ਜੋ ਵਿਰੋਧੀ ਧਿਰ ਐ ਆਮ ਆਦਮੀ ਪਾਰਟੀ ਤੇ ਕਾਂਗਰਸ ਉਹ ਸਾਂਝੇ ਤੌਰ ਤੇ ਹਾਈ ਕੋਰਟ ਗਈ ਤੇ ਹਾਈ ਕੋਰਟ ਵਿੱਚ ਵੀ ਕਾਫੀ ਜਦੋਜਹਿਦ ਕਰਨੀ ਪਈ ਪ੍ਰਸ਼ਾਸਨ ਵਾਰ-ਵਾਰ ਗਣਤੰਤਰ ਦਿਵਸ ਜੋ ਕਿ ਅੱਜ ਐ ਉਹਦੀ ਜਿਹੜੀ ਹੈਗਾ ਉਦਿਆ ਕੰਦਾ ਹੋਏ ਕਿ ਸਾਨੂੰ ਪ੍ਰਬੰਧਾਂ 'ਚ ਰੁਝੇ ਹੋਏ ਆ ਅਸੀਂ ਇੰਨੀ ਛੇਤੀ ਚੋਣ ਨਹੀਂ ਕਰਾ ਸਕਦੇ ਪਰ ਹਾਈ ਕੋਰਟ ਦਾ ਸਖਤ ਰਵਈਆ ਦੇਖਦੇ ਹੋਏ ਜਿਹੜਾ ਹੈ ਇਹ ਚੋਣ ਹਾਈ ਕੋਰਟ ਨੇ ਹੀ ਈਵਨ ਕੇ ਆਦੇਸ਼ ਦਿੱਤੇ ਨੇ ਕਿ 30 ਜਨਵਰੀ ਨੂੰ ਚੋਣ ਕਰਾਈ ਜਾਏ ਜਿਹੜਾ ਚੋਣ ਗਣਿਤ ਹੈ ਮੈਥਮੈਟਿਕਸ ਹੈ ਉਹ ਇਹ ਹੈ 35 ਜਿਹੜੇ ਕਾਉਂਸਲਰ ਨੇ ਨਗਰ ਨਿਗਮ ਚੰਡੀਗੜ੍ਹ ਦੇ ਜਿਨ੍ਹਾਂ 'ਚੋਂ 20 ਕਾਉਂਸਲਰ ਇਸ ਵਕਤ ਆਮ ਆਦਮੀ ਪਾਰਟੀ ਤੇ ਕਾਂਗਰਸ ਨਾਲ ਨੇ ਕਾਂਗਰਸ ਦੇ ਸੱਤ ਕਾਉਂਸਲਰ ਸਹਿਯੋਗ ਦੇ ਰਹੇ ਨੇ ਆਮ ਆਦਮੀ ਪਾਰਟੀ ਨੂੰ ਅਹੁਦੇਾਂ ਦੀ ਵੰਡ ਕਰਦੇ ਹੋਏ ਉਹਦੇ ਤੇ ਸਹੀ ਪਾਉਂਦੇ ਹੋਏ ਜਿਹੜੀ ਭਾਰਤੀ ਜਨਤਾ ਪਾਰਟੀ ਲਗਾਤਾਰ ਕਾਬਜ ਹੈ ਕਈ ਸਾਲਾਂ ਤੋਂ ਨਗਰ ਨਿਗਮ ਦੇ ਅਹੁਦੇ ਦੇ ਉੱਤੇ ਮੇਅਰ ਦੇ ਅਹੁਦੇ ਦੇ ਉੱਤੇ ਉਹਦੇ ਕੋਲ ਜਿਹੜਾ ਹੈ ਨੰਬਰ ਪੂਰਾ ਨਹੀਂ ਹੋ ਰਿਹਾ ਕਿਉਂਕਿ ਜਿੱਤਣ ਲਈ 19 ਜਿਹੜੇ ਨੇ ਕਾਉਂਸਲਰ ਚਾਹੀਦੇ ਨੇ ਜੋੜ ਤੋੜ ਬਹੁਤ ਹੋ ਰਿਹਾ ਹੈ ਸ਼ਾਇਦ ਪਿਛਲੇ ਕੁਝ ਸਾਲਾਂ ਦੇ ਚੰਡੀਗੜ੍ਹ ਨਗਰ ਨਿਗਮ ਦੀ ਇਲੈਕਸ਼ਨ ਦੇ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਨਜ਼ਾਰਾ ਘੱਟ ਹੀ ਦੇਖਣ ਨੂੰ ਮਿਲਿਆ ਹਾਲਾਂਕਿ ਨੰਬਰ ਪਿਛਲੀ ਵਾਰ ਵੀ ਆਮ ਆਦਮੀ ਪਾਰਟੀ ਕੋਲ ਜ਼ਿਆਦਾ ਸੀ ਪਰ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਮੇਹਰ ਦੀ ਕੁਰਸੀ ਦੇ ਉੱਤੇ ਕਬਜ਼ਾ ਬਰਕਰਾਰ ਰੱਖਣ 'ਚ ਕਾਮਯਾਬ ਹੋ ਗਈ ਸੀ ਇਸ ਚੋਣ ਦੇ ਵਿੱਚ ਜੋ ਅਹਿਮ ਭੂਮਿਕਾ ਨਿਭਾਰੇ ਨੇਤਾ ਨੇ ਸਾਬਕਾ ਕੇਂਦਰੀ ਮੰਤਰੀ ਨੇ ਉਹ ਕਾਂਗਰਸ ਦੇ ਬੜੇ ਸੀਨੀਅਰ ਨੇਤਾ ਨੇ ਜਿਹੜੇ ਪਵਨ ਕੁਮਾਰ ਪਾਂਸਲ ਜੀ ਇਸ ਵਕਤ ਉੱਚੇ ਚੇਤੇ ਤੌਰ ਤੇ ਦੈਨਿਕ ਸੂਰਾ ਨਾਲ ਬਨੇ ਹੋਏ ਨੇ ਪਾਂਸਲ ਸਾਹਿਬ ਤੁਹਾਡਾ ਸਵਾਗਤ ਹੈ ਜੀ ਦੈਨਿਕ ਸੂਰਾ ਬਹੁਤ ਧੰਨਵਾਦੀ ਅ ਪਹਿਲਾਂ ਤਾਂ ਰਿਪਬਲਿਕ ਡੇ ਦੀ ਵਧਾਈ ਜੀ ਤੁਹਾਨੂੰ ਬਹੁਤ ਬਹੁਤ ਵਧਾਈ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਵੀ ਬਹੁਤ ਬਹੁਤ ਵਧਾਈ ਤੇ ਮੇਰੀਆਂ ਸ਼ੁਭ ਕਾਮਨਾਵਾਂ ਜੀ ਦੇਸ਼ ਦੇ ਵਿੱਚ ਅੱਛਾ ਮਾਹੌਲ ਬਣੇ ਇਹ ਅਸੀਂ ਆਸ ਕਰਦੇ ਹਾਂ ਸਰ ਦੂਜੀ ਵਧਾਈ ਜਿਹੜੀ ਹੈਗੀ ਹੈ ਤੁਹਾਡੀ ਅਧਿਕ ਜਿੱਤ ਤਾਂ ਜਿਹੜੀ ਹਾਈ ਕੋਰਟ ਦੇ ਆਦੇਸ਼ ਨਾਲ ਹੋ ਗਈ ਕਿ ਚੋਣਾਂ ਦੀ ਤਾਰੀਖ ਤੁਸੀਂ ਨੇੜੇ ਲੈ ਆਈ ਹੋ ਕਿਸ ਤਰ੍ਹਾਂ ਦੇਖਦੇ ਹੋ ਜੀ ਇਹ ਜੋ ਸੰਘਰਸ਼ ਕਰਨਾ ਪਿਆ ਇੱਕ ਡਿਫਰੈਂਟ ਤਰ੍ਹਾਂ ਦੀ ਲੜਾਈ ਲੜਨੀ ਪਈ ਹੈ ਹਾਈ ਕੋਰਟ ਦੇ ਇੰਟਰਵੈਂਸ਼ਨ ਦਾ ਫਾਇਦਾ ਇਹ ਹੋਇਆ ਹੈ ਕਿ ਜੋ ਭਾਰਤੀ ਜਨਤਾ ਪਾਰਟੀ ਹਤਕੰਡੇ ਅਪਣਾ ਰਹੀ ਸੀ ਬਿਲਾ ਵਜ੍ਹਾ ਉਹਨਾਂ ਨੇ ਤਰੀਕ 18 ਵਾਲੀ ਚੱਕ ਕੇ ਉਹਨਾਂ ਨੇ 6 ਫਰਵਰੀ ਤੇ ਪਾ ਦਿੱਤੀ ਅਤੇ ਸਮੇਂ ਉਹ ਚਾਹਦੇ ਸਨ ਹੋਰ ਲੈਣਾ ਜਿਹਦੇ ਵਿੱਚ ਉਹ ਹੋਰ ਹਰ ਤਰ੍ਹਾਂ ਦੇ ਆਪਣੇ ਕੋਸ਼ਿਸ਼ਾਂ ਕਰ ਸਕਣ ਕਿ ਕਿਵੇਂ ਕਾਂਗਰਸ ਅਤੇ ਆਪ ਦੇ ਕਾਉਂਸਲਰਸ ਨੂੰ ਤੋੜ ਕੇ ਆਪਣੀ ਬਹੁਮਤ ਬਣਾ ਸਕਣ ਉਹਦੇ ਵਾਸਤੇ ਉਹਨਾਂ ਨੇ ਸਮੇਂ ਕੰਮ ਕਰ ਦਿੱਤਾ ਹੈ ਅਤੇ ਮੈਂ ਅਸੀਂ ਸਾਰਿਆਂ ਨੇ ਉਸ ਦਾ ਫੈਸਲੇ ਦਾ ਸਵਾਗਤ ਕੀਤਾ ਸੀ ਅਤੇ ਕਿਹਾ ਸੀ ਕਿ ਇਹ ਦੇ ਨਾਲ ਲੋਕਤੰਤਰ ਨੂੰ ਬਚਾ ਦਿੱਤਾ ਹੈ ਇੱਕ ਵਾਰ ਹਾਈ ਕੋਰਟ ਨੇ ਇਥੇ ਅਤੇ ਹੁਣ ਅੱਧੀ ਜਿੱਤਨੀ ਮੈਂ ਸਮਝਦਾ ਕਿ ਸਾਡੀ ਪੂਰੀ ਜਿੱਤ ਹੈ ਕਿਉਂਕਿ ਨੰਬਰ ਸਾਡੇ ਪਾਸ ਨੇ ਜਿਵੇਂ ਕਿ ਤੁਸੀਂ ਕਿਹਾ 7 ਅਤੇ 13 ਦੋਨੋਂ ਮਿਲਾ ਕੇ 20 ਬੰਦੇ ਨੇ ਕੋਈ ਕਾਰਨ ਨਹੀਂ ਕਿ 20 ਦੇ ਮੁਕਾਬਲੇ ਦੂਜਾ ਕੋਈ ਜਿੱਤ ਜਾਵੇ ਇਹ 20 ਦੇ 20 ਬਿਲਕੁਲ ਪੱਕੇ ਨੇ ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਹੋਈਆਂ ਉਧਰੋਂ ਉਹ ਕਾਮਯਾਬ ਨਹੀਂ ਹੋਏ ਭਾਰਤੀ ਜਨਤਾ ਪਾਰਟੀ اسی ਚੀਜ਼ ਦੇ ਵਿੱਚ ਲੱਗੇ ਰਹੇ ਜਿਦੋਂ ਤੋਂ ਨੋਟੀਫਿਕੇਸ਼ਨ ਹੋਈ ਸੀ ਚੁਣਾਵਾਂ ਦੇ ਵਾਸਤੇ ਉਸ ਵਕਤ ਤੋਂ ਹੀ ਲੈ ਕੇ ਉਹਨਾਂ ਦੇ ਹਰ ਵਕਤ ਇਹੀ ਯਤਨ ਰਹੇ ਕਿ ਕਿਵੇਂ ਨਾ ਕਿਵੇਂ ਅਸੀਂ ਪਾਰਟੀਆਂ ਨੂੰ ਤੋੜ ਦਈਏ ਪਿਛਲੇ 2 ਸਾਲਾਂ ਦੇ ਵਿੱਚ ਕਿਉਂਕਿ ਰੋਟੇਸ਼ਨ ਨਾਲ ਆਏ ਸਾਲ ਇਲੈਕਸ਼ਨ ਹੁੰਦੇ ਨੇ ਮੇਅਰ ਦੇ ਜੀ ਇਲੈਕਸ਼ਨ ਦੂਜੇ ਮੇਨ ਇਲੈਕਸ਼ਨ 5 ਸਾਲਾਂ ਬਾਅਦ ਹੁੰਦੇ ਨੇ ਇਹ ਆਏ ਸਾਲ ਹੁੰਦੇ ਨੇ ਮੇਅਰ ਦੇ ਸੀਨੀਅਰ ਡਿਪਟੀ ਮੇਅਰ ਦੇ ਤੇ ਡਿਪਟੀ ਮੇਅਰ ਦੇ 2 ਸਾਲ ਅਸੀਂ ਗੈਰ ਹਾਜ਼ਰ ਰਹੇ ਕਾਂਗਰਸ ਵਾਲੇ ਤੇ ਇਸ ਦਾ ਰਿਜ਼ਲਟ ਇਹ ਹੋਇਆ ਕਿ ਭਾਰਤੀ ਜਨਤਾ ਪਾਰਟੀ 1 ਨੰਬਰ ਤੇ ਸੀਟ ਹਮੇਸ਼ਾ ਜਿੱਤਣ ਨੂੰ ਜਿੱਤਦੇ ਰਹੇ ਐਤਕੀ ਕਿਉਂਕਿ ਕੇਂਦਰ ਦੇ ਵਿੱਚ ਇੰਡੀਆ ਅਲਾਈਅንስ ਬਣਿਆ ਹੈ ਇੰਡੀਅਨ ਨੈਸ਼ਨਲ ਡੈਮੋਕ੍ਰੈਟਿਕ ਇਨਕਲੂਸਿਵ ਅਲਾਈਅንስ ਉਹ ਗਠਬੰਧਨ ਜਿਹੜਾ ਹੋਇਆ ਹੈ ਉਹਦੇ ਵਿੱਚ ਕਾਂਗਰਸ ਆਮ ਆਦਮੀ ਪਾਰਟੀ ਅਤੇ ਹੋਰ ਪਾਰਟੀਆਂ ਨੇ ਇਸ ਕਾਰਨ ਉੱਥੇ ਤਾਂ ਹਾਲੇ ਚਰਚਾ ਚੱਲ ਰਹੀ ਹੈ ਗੱਲਬਾਤ ਹੋ ਰਹੀ ਹੈ ਲੋਕ ਸਭਾ ਦੀਆਂ ਸੀਟਾਂ ਵਾਸਤੇ ਲੰਬਾ ਉਹ ਇੱਕ ਤਰੀਕਾ ਹੈ ਐਕਸਰਸਾਈਜ਼ ਇੱਕ ਵੱਡੀ ਹੈ ਉੱਥੇ ਚੱਲਦੀ ਰਹੇਗੀ ਇੰਨੀ ਦੌਰਾਨ ਇਹ ਇਲੈਕਸ਼ਨ ਆ ਗਏ ਤਾਂ ਅਸੀਂ ਸੋਚਿਆ ਇਥੋਂ ਕਿ ਅਸੀਂ ਸ਼ੁਰੂਆਤ ਇਥੋਂ ਹੀ ਕਰਦੇ ਹਾਂ ਕਿਉਂ ਨਾ ਇੱਕ ਮਾਹੌਲ ਬਣਾਉਣ ਦੇ ਵਿੱਚ ਅਸੀਂ ਹੋਰ ਥੋੜਾ ਜਿਹਾ ਯੋਗਦਾਨ ਦਿਈਏ ਕਿ ਆਪਣਾ ਹਿੱਸਾ ਪਾਈਏ ਕਿ ਇੱਥੇ ਦੋਨੋਂ ਪਾਰਟੀਆਂ ਨੇ ਮਿਲ ਕੇ ਸਹਿਯੋਗ ਦੇ ਨਾਲ ਇੱਕ ਦੂਜੇ ਦੇ ਇਕੱਠੇ ਮਿਲ ਕੇ ਇਲੈਕਸ਼ਨ ਲੜੇ ਨੇ ਅਤੇ ਉਹਦੇ ਲਈ ਅਸੀਂ ਜਦੋਂ ਆਪਸ ਵਿੱਚ ਮੀਟਿੰਗ ਕੀਤੀ ਉਹਨਾਂ ਦੇ 13 ਮੈਂਬਰ ਨੇ ਤਾਂ ਸੁਭਾਵਿਕ ਤੌਰ ਤੇ ਮੇਅਰ ਦਾ ਉਹਨਾਂ ਦਾ ਬੰਦਾ ਸੀ ਮੇਅਰ ਦਾ ਉਹਨਾਂ ਨੂੰ ਦਿੱਤਾ ਤੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਉਹ ਦੋਨੋਂ ਕਾਂਗਰਸ ਦੇ ਨੇ ਇਹ ਨਹੀਂ ਕਿ ਉਹ ਇੱਕ ਲਿੱਤਾ ਸੀ ਅਸੀਂ ਦੋ ਲਿੱਤੇ ਨੇ ਉਹ ਪੋਸਟ ਦੋਨੋਂ ਪੋਸਟ ਕਾਂਗਰਸ ਨੂੰ ਮਿਲੀ ਹੈ ਤਿੰਨਾਂ ਨੇ ਪਹਿਲਾਂ ਪਹਿਲੇ ਦਿਨ ਜਦੋਂ ਹਲੇ ਆਪਸ ਵਿੱਚ ਗੱਲਬਾਤ ਨਹੀਂ ਸੀ ਪੂਰੀ ਚੱਲ ਰਹੀ ਤਿੰਨੋਂ ਪਾਰਟੀਆਂ ਨੇ ਕਾਂਗਰਸ ਭਾਜਪਾ ਆਮ ਤਿੰਨਾਂ ਨੇ ਆਪਣੇ ਤਿੰਨੋਂ ਪੋਸਟਾਂ ਵਾਸਤੇ ਆਪਣੇ ਕੈਂਡੀਡੇਟ ਖੜੇ ਕਰ ਦਿੱਤੇ ਬਾਅਦ ਚ ਵਾਪਸ ਲੈ ਗਏ ਵਾਪਸ ਲੈ ਲੱਤੇ ਬਾਅਦ ਦੇ ਵਿੱਚ ਕਿਉਂਕਿ ਗੱਲਬਾਤ ਹੋਈ ਤੇ ਜਦੋਂ ਫੈਸਲਾ ਹੋ ਗਿਆ ਉਹ ਫੈਸਲਾ ਜਿਵੇਂ ਮੈਨੂੰ ਤਾਂ ਦੱਸਿਆ ਇਸ ਤਰ੍ਹਾਂ ਹੋਇਆ ਜਦੋਂ ਅਸੀਂ ਵਾਪਸ ਕਰਨ ਵਾਸਤੇ ਗਏ ਸਾਡੇ ਉਥੇ ਕਾਂਗਰਸ ਦੇ ਮੇਰ ਵਾਲੇ ਕੈਂਡੀਡੇਟ ਉਹਨਾਂ ਦੇ ਦੂਜੇ ਸੀਨੀਅਰ ਡਿਪਟੀ ਤੇ ਡਿਪਟੀ ਮੇਰ ਵਾਸਤੇ ਜਦੋਂ ਉਥੇ ਗਏ ਉੱਥੇ ਹੰਗਾਮਾ ਹੋਇਆ ਨਹੀਂ ਪਹਿਲੇ ਦਿਨ ਸੈਕਟਰੀ ਨੇ ਸੈਕਟਰੀ ਮਿਊਨਿਸਪਲ ਕਾਰਪੋਰੇਸ਼ਨ ਨੇ ਬਕਾਇਦਾ ਨੋਮੀਨੇਸ਼ਨ ਪੇਪਰ ਇਹਨਾਂ ਦੇ ਵਿਡਰੋਅਲ ਪੇਪਰ ਲਿੱਤੇ ਉਹਨਾਂ ਨੇ ਫੋਟੋਆਂ ਖਬਰਾਂ ਵਿੱਚ ਅਗਲੇ ਦਿਨ ਆ ਗਈਆਂ ਕਿ ਇਹਨਾਂ ਨੇ ਵਿਡਰੋ ਕਰ ਲਿਆ ਆਪਣਾ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਤੇ ਕੁਝ ਕੋਈ ਪ੍ਰੋਬਲਮ ਨਹੀਂ ਸੀ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਵੇਖਿਆ ਕਿ ਹੁਣ ਤਾਂ ਇਹ ਖੇਡ ਲੈ ਗਏ ਫਿਰ ਇਹਨਾਂ ਨੇ ਆਪਣੇ ਹਤਕੰਢੇ ਸ਼ੁਰੂ ਅਪਣਾਉਣੇ ਸ਼ੁਰੂ ਕੀਤੇ ਅਤੇ ਸਰਕਾਰ ਇਹਨਾਂ ਦੀ ਹੈ ਕੇਂਦਰ ਦੇ ਵਿੱਚ ਕੈਂਡਰ ਦੇ ਤਹਿਤ ਮਰਿਸਪਲ ਇਥੇ ਚੰਡੀਗੜ੍ਹ ਹੈ ਯੂਨੀਅਨ ਟੈਰੀਟਰੀ ਹੈ ਫਿਰ ਹਿਦਾਇਤ ਹੋਈ ਸਾਰੀ ਜਗਾ ਕਿ ਨਹੀਂ ਕੁਝ ਵੀ ਹੋਏ ਚੋਣ ਨਹੀਂ ਹੁੰਦੇ ਨਾ ਜਿੰਨੀ ਦੇਰ ਤੱਕ ਸਾਡਾ ਨੰਬਰ ਪੂਰਾ ਨਾ ਹੋ ਜਾਵੇ ਉਸ ਵਕਤ ਫਿਰ ਇਹਨਾਂ ਨੇ ਇੱਕ ਚਿੱਠੀ ਲਿਖ ਦਿੱਤੀ ਸੈਕਟਰੀ ਨੇ ਸਾਡੇ ਕਾਉਂਸਲਰ ਨੂੰ ਜਿਨ੍ਹਾਂ ਨੇ ਆਪਣਾ ਵਿਡਰੋਅ ਕੀਤਾ ਸੀ ਕਿ ਤੇਰੇ ਨੋਮੀਨੇਸ਼ਨ ਪੇਪਰ ਵਿਡਰੋਅਲ ਠੀਕ ਨਹੀਂ ਹੈ ਇਹਹੀ ਕੋਈ ਚੀਜ਼ ਨਹੀਂ ਜਦ ਕਿ ਕਾਨੂੰਨ ਦੇ ਵਿੱਚ ਸਿੰਪਲ ਇੱਕ ਲਾਈਨ ਹੈ ਆਮ ਤੌਰ ਦੇ ਉੱਤੇ ਨੋਮੀਨੇਸ਼ਨ ਪੇਪਰ ਰੱਦ ਹੁੰਦੇ ਦਾ ਸੁਣਿਆ ਸੀ ਹੁਣ ਤੱਕ ਜਦੋਂ ਬੰਦਾ ਵਾਪਸ ਲੈ ਆ ਕੇ ਤੂੰ ਵਾਪਸ ਸਹੀ ਤਰੀਕੇ ਨਾਲ ਨਹੀਂ ਲੈ ਰਿਆ ਤੂੰ ਵਾਪਸ ਸਹੀ ਤਰੀਕੇ ਨਾਲ ਨਹੀਂ ਲੈ ਰਿਆ ਉਹਦੇ ਵਿੱਚ ਕੀ ਲਿਖਿਆ ਹੈ ਕਿ ਕਿਸੇ ਵਕਤ ਵੀ ਚੋਣ ਤੋਂ ਪਹਿਲਾਂ ਚੋਣ ਹੋਣ ਤੱਕ ਕਿਸੇ ਵਕਤ ਵੀ ਉਸ ਤੋਂ ਪਹਿਲਾਂ ਲਿਖਤੀ ਤੌਰ ਤੇ ਉਹ ਦੇ ਦੇਵੇ ਤੇ ਵਿਦਡਰੋ ਹੋ ਜਾਂਦਾ ਹੈ ਇਹਦੇ ਵਾਸਤੇ ਕੋਈ ਪਰਫਾਰਮਾ ਨਹੀਂ ਕੋਈ ਫਾਰਮ ਨੰਬਰ ਸੱਚ ਐਂ ਸੱਚ ਕੁਝ ਨਹੀਂ ਹੈ ਤੁਸੀਂ ਦੋ ਲਾਈਨਾਂ ਲਿਖ ਕੇ ਦੇਣੀਆਂ ਨੇ ਤੇ ਇਹਨਾਂ ਨੇ ਦੇ ਦਿੱਤੀਆਂ ਦੁਦਿਆ ਉਹਨਾਂ ਦੇ ਐਕਸੈਪਟ ਕਰ ਲਏ ਇਹਦੇ ਕਹਿੰਦੇ ਤੇਰੇ ਠੀਕ ਨਹੀਂ ਹਨ ਤੇ ਤੂੰ ਫੇਰ ਆਇਆ ਇੱਥੇ ਦੇਣ ਵਾਸਤੇ ਜਿੱਦਨ ਫੇਰੇ ਆਏ ਉੱਥੇ ਦੇਣ ਵਾਸਤੇ ਸਾਡੇ ਕੈਂਡੀਡੇਟ ਉੱਥੇ ਡੇਢ ਘੰਟਾ ਇੰਤਜ਼ਾਰ ਕਰਦੇ ਰਹੇ ਤੇ ਸੈਕਟਰੀ ਪਹੁੰਚੇ ਹੀ ਨਹੀਂ ਜਿਹੜਾ ਟਾਈਮ ਸੈਕਟਰੀ ਨੇ ਦਿੱਤਾ ਸੀ ਇੰਨੀ ਦੇਰ ਲਗਾ ਦਿੱਤੀ ਇੰਨੀ ਦੇਰ ਦੇ ਦੌਰਾਨ ਹਾਲੇ ਸੈਕਟਰੀ ਦੇ ਪਹੁੰਚਣ ਤੋਂ ਪਹਿਲਾਂ ਸਾਡੇ ਉਹੀ ਜਿਹੜੇ ਕਾਉਂਸਲਰ ਸੀ ਜਿਹੜੇ ਮੇਅਰ ਵਾਲੇ ਖੜੇ ਕੀਤੇ ਸਨ ਅਸੀਂ ਪਹਿਲਾਂ ਜਿਹਨੇ ਵਿਡਰੋ ਕਰਨਾ ਸੀ ਵਾਪਸ ਲੈਣਾ ਸੀ ਜੀ ਉਹਨਾਂ ਦੇ ਪਿਤਾ ਜੀ ਨੂੰ ਪਿੱਛੇ ਗੁੰਮਰਾਹ ਕਰਕੇ ਇਹ ਕਹਿ ਦਿੱਤਾ ਕਿ ਕਾਂਗਰਸ ਤਾਂ ਉਹਨੂੰ ਚੱਕ ਕੇ ਲੈ ਗਈ ਉਹਨੂੰ ਟੌਰਚਰ ਕਰ ਰਹੀ ਹੈ ਉਹਨੂੰ ਅਗਵਾ ਕਰ ਲਿੱਤਾ ਜੀ ਆਦਮੀ ਕਰਦਾ ਘਬਰਾਉਂਦੇ ਉਹ ਉੱਥੇ ਦਫ਼ਤਰ ਦੇ ਵਿੱਚ ਉੱਚੇ ਜਦੋਂ ਉਹਨੇ ਦੇਖਿਆ ਉਹ ਤਾਂ ਸਭ ਠੀਕ ਹੈ ਬਿਲਕੁਲ ਵਧੀਆ ਮਾਹੌਲ 'ਚ ਬੈਠੇ ਆ ਗੱਲਾਂ ਬਾਤਾਂ ਕਰ ਰਹੇ ਆ ਕੋਈ ਨਾਬਾਲਗ ਨਹੀਂ ਬੱਚਾ ਨਹੀਂ 35 ਸਾਲ ਦੀ ਉਮਰ ਦੇ ਇੱਕ ਇਲੈਕਸ਼ਨ 5 ਸਾਲ 7 ਸਾਲ ਪਹਿਲਾਂ ਲੜੇ ਦੂਜੇ ਇਲੈਕਸ਼ਨ 2 ਸਾਲ ਪਹਿਲਾਂ ਲੜੇ ਤੇ ਜਿੱਤ ਕੇ ਆਏ ਆਪਣੀ ਜਗ੍ਹਾ ਤੋਂ ਜੀ ਇਹਮ ਪੋਜੀਸ਼ਨ ਤੇ ਹੈ ਜੀ ਉਹਨੇ ਜੋ ਦੇਖਿਆ ਸਭ ਕੁਝ ਠੀਕ ਹੈ ਉਹਦੇ ਬਿਲਕੁਲ ਠੀਕ ਹੈ ਕੋਈ ਅਸੀ ਗੱਲ ਹੀ ਨਹੀਂ ਪਰ ਬੀਜੇਪੀ ਨੇ ਉੱਥੇ ਸ਼ੋਰ ਪਾ ਦਿੱਤਾ ਆਪਣੇ ਲੋਕ ਉੱਥੇ ਇਕੱਠੇ ਕਰ ਦਿੱਤੇ ਜੀ ਤੇ ਅਤੇ ਦੂਜੇ ਪਾਸੇ ਜਦੋਂ ਉਹਨਾਂ ਨੇ ਵਿਖਿਆ ਸਾਡੇ ਲੋਕ ਵੀ 20 50 30 ਅਸੀਂ ਅੱਥੇ ਹੋਏ ਮੈਨੂੰ ਪਤਾ ਲੱਗਿਆ ਮੈਂ ਉਸ ਦਿਨ ਗਿਆ ਹੋਇਆ ਸਾਂ ਇਨਫੈਕਟੋ ਜਿਹੜੇ ਰਾਮ ਕਥਾ ਉਹਨਾਂ ਦੀ ਕੁਮਾਰ ਵਿਸ਼ਵਾਸ ਵਾਲੀ ਸੋਨੇ ਉੱਥੇ ਮੈਨੂੰ ਪਤਾ ਲੱਗਿਆ ਹਾ ਉਹ ਮੈਨੂੰ ਉੱਥੋਂ ਪਤਾ ਲੱਗਿਆ ਮੈਂ ਉੱਥੋਂ ਖਤਮ ਹੁੰਦੇ ਹੀ ਨਾਲ ਦੀ ਨਾਲ ਉੱਥੇ ਮੈਂ ਪਹੁੰਚਿਆ ਅਤੇ ਉੱਥੇ ਮੈਂ ਵੇਖਿਆ ਕਿ ਇਹਨਾਂ ਨੇ ਤਾਂ ਮਾਹੌਲ ਹੀ ਕੁਝ ਹੋਰ ਬਣਾ ਦਿੱਤਾ ਬਖੇ ਇਹ ਤਾਂ ਸਾਡਾ ਹੀ ਕਾਉਂਸਲਰ ਹੈ ਤੁਸੀਂ ਕੌਣ ਹੋ ਅਤੇ ਕਾਉਂਸਲਰ ਵੀ ਇਹੀ ਕਹੀ ਜਾ ਰਹੀ ਸੀ ਜਸਵੀਰ ਬੰਟੀ ਮੈਂ ਕਾਂਗਰਸ ਦਾ ਹਾਂ ਮੈਂ ਕਾਂਗਰਸ ਵਾਲੇ ਨਾਲ ਹੈ ਮੈਂ ਜਾਣਾ ਹੈ ਉਹਨਾਂ ਦੇ ਨਾਲ ਜਿੱਥੇ ਜਾਣਾ ਚਾਹਣੇ ਨਹੀਂ ਤੂੰ ਉਹਨਾਂ ਦੇ ਨਾਲ ਨਹੀਂ ਜਾ ਸਕਦਾ ਤੂੰ ਉਹਨਾਂ ਦੇ ਨਾਲ ਨਹੀਂ ਜਾ ਸਕਦਾ ਉਹਨੂੰ ਕਹਿੰਦੇ ਅੱਜ ਮਰਜ਼ੀ ਦੱਸੋ ਕਿਸ ਦੇ ਨਾਲ ਮੈਂ ਜਾਵਾਂ ਫਿਰ ਕਹਿੰਦੇ ਅੱਛਾ ਮੈਂ ਪਵਨ ਬਾਂਸਲ ਨਾਲ ਜਾਣ ਨੂੰ ਤਿਆਰ ਹਾਂ ਤੁਹਾਡੇ ਘਰਾਂ ਨੂੰ ਵਾਸਤੇ ਨਹੀਂ ਪਵਨ ਬਾਂਸਲ ਨਾਲ ਨਹੀਂ ਆਦੇਸ਼ ਇਹ ਡਿਕਟੇਟ ਉਹ ਕਰ ਰਹੀ ਹੈ ਅਖੀਰ ਚ ਵਗਤ ਇਹ ਹੋਈ ਫਾਈਨਲੀ ਕਿ ਪੁਲਿਸ ਵਾਲੇ ਜਾ ਕੇ ਉਹਨੂੰ ਉਹਦੇ ਘਰ ਛੱਡ ਆਏ ਗੱਲ ਲੱਗਦਾ ਸੀ ਕਿ ਗੱਲ ਖਤਮ ਹੋ ਜਾਏਗੀ ਠੀਕ ਉਹਨੂੰ ਫੇਰ ਆਇਆ ਉਹਨਾਂ ਦਾ ਕਿ ਤੂੰ ਆਪਣੇ ਨੋਮੀਨੇਸ਼ਨ ਪੇਪਰ ਵਿਡਰਾਅ ਕਰਨਾ ਇਹ ਕਹਿੰਦਾ ਮੈਂ ਵਿਡਰਾਅ ਕਰ ਚੁੱਕਿਆ ਹਾਂ ਫਿਰ ਇਹਨੇ ਲਿਖ ਕੇ ਮੇਲ ਭੇਜ ਦਿੱਤੀ ਕਿ ਮੈਂ ਹੁਣ ਆਵਾਂਗਾ ਨਹੀਂ ਹੁਣ ਮੈਂ 18 ਤਰੀਕ ਨੂੰ ਵਿਡਰਾਅ ਕਰਾਂਗਾ ਉੱਥੇ ਖੜ ਕੇ ਉਹ ਵੀ ਕਰ ਸਕਦੇ ਨੇ ਲਿਖ ਕੇ ਦੇ ਕੇ ਉੱਥੇ ਮੌਕੇ ਤੇ ਫੜਾ ਸਕਦੇ ਮੈਂ ਵਿਡਰਾਅ ਕਰਦਾ ਹਾਂ ਜੀ ਜੀ ਜਦੋਂ ਇਹਨਾਂ ਨੇ ਦੇਖਿਆ ਇਹ ਤਾਂ ਫਿਰ ਕੰਮ ਖਰਾਬ ਹੋ ਗਿਆ ਫਿਰ ਕੀ ਖੇਡ ਸ਼ੁਰੂ ਹੋਈ ਸੈਕਟਰੀ ਬਿਮਾਰ ਕਰ ਦਿੱਤੇ ਬਿਮਾਰ ਕਰ ਦਿੱਤੇ ਹਾਂ ਮੈਂ ਬਿਲਕੁਲ ਕਹਿ ਰਿਹਾ ਕਿ ਸੈਕਟਰੀ ਬਿਮਾਰ ਕਰ ਦਿੱਤੇ ਚੰਗੇ ਭਲੇ ਨੂੰ ਕੋਦਮ ਕਹਿੰਦੇ ਜੀ ਉਹਨਾਂ ਦੀ ਬੈਕ ਪੇਨ ਹੋ ਗਈ ਉਹ ਤਾਂ ਉੱਥੇ ਦਾਖਲ ਹੋਣਾ ਪਿਆ ਅਤੇ 18 ਦੇ ਚੋਣਾਂ ਫਿਕਸ ਹੋ ਗਏ ਜਦੋਂ ਜਿਹੜੇ ਨਿਲਮਸੀ ਜੀ ਦਾ ਤੁਸੀਂ ਨਾਮ ਲਿੱਤਾ ਹੈ ਉਹ ਇਹਨਾਂ ਦੇ ਕਾਉਂਸਲਰ ਨੇ ਮਾਈਨੋਰਟੀ ਸੰਗਠਨ ਡੋਮੀਨੇਟਡ ਕਾਉਂਸਲਰ ਨੇ ਉਹਨਾਂ ਨੂੰ ਪ੍ਰੈਜ਼ਾਈਡ ਓਵਰ ਕਰਨ ਵਾਸਤੇ ਮੀਟਿੰਗ ਦੇ ਵਾਸਤੇ ਉਹਨਾਂ ਨੂੰ ਅਧਿਕਾਰ ਦਿੱਤੇ ਸਨ ਜੀ 11 ਵਜੇ ਪਹੁੰਚਾ ਹੋਣੀਆਂ ਸਨ ਅਸੀਂ ਸਾਰੇ ਲੋਕ ਉੱਥੇ ਪਹੁੰਚ ਗਏ ਸਾਡੇ 20 ਕਾਉਂਸਲਰਸ ਮੈਂ ਸਾਡੇ ਪ੍ਰੈਜ਼ੀਡੈਂਟ ਉਹਨਾਂ ਦੇ ਆਪ ਦੇ ਪ੍ਰੈਜ਼ੀਡੈਂਟ ਅਸੀਂ ਸਾਰੇ ਲੋਕ ਉੱਥੇ ਪਹੁੰਚੇ ਆਂ ਉੱਥੇ ਜਾ ਕੇ ਪਤਾ ਲੱਗ ਰਿਹਾ ਕਿ ਇਲੈਕਸ਼ਨ ਤਾਂ ਪੋਸਟਪੋਨ ਹੋ ਗਏ ਪੋਸਟਪੋਨ ਹੋ ਗਿਆ ਜੇ ਇਲੈਕਸ਼ਨ ਨਹੀਂ ਹੋਣੇ ਕਿਉਂ ਨਹੀਂ ਹੋਣੇ ਜਿਹੜੇ ਪ੍ਰੈਜ਼ਾਈਡਿੰਗ ਆਫੀਸਰ ਸਨ ਅਨਿਲ ਮਸੀ ਉਹ ਬਿਮਾਰ ਹੋ ਗਏ ਨੇ ਹਾਂ ਉਹ ਹਸਪਤਾਲ ਚਲੇ ਗਏ ਨੇ ਫਿਰ ਮੈਂ ਕਿਹਾ ਹਸਪਤਾਲ ਹਸਪਿਟਲਾਈਜ਼ ਕਰਵਾ ਦਿੱਤਾ ਗਿਆ ਜੀ ਹੁਣ ਇਹ ਕਿਉਂ ਕਰਵਾ ਦਿੱਤਾ ਗਿਆ ਮੈਂ ਕਹਿਣਾ ਹਾਂ ਜੀ ਇਹ ਗੱਲ ਤੇ ਡਿਪਟੀ ਕਮਿਸ਼ਨਰ ਜਿਹੜਾ ਕਿ ਫਿਕਸ ਤੈ ਕਰਦੇ ਆ ਤਾਰੀਖਾਂ ਤੇ ਪੁਆਇੰਟ ਕਰਦੇ ਹੈ ਉਹਨਾਂ ਨੇ ਇਲੈਕਸ਼ਨ ਪੋਸਟਪੋਨ ਕਰਤੇ ਉਹਨਾਂ ਦੇ ਇਲ ਹੈਲਥ ਕਾਰਨ ਉਹਨਾਂ ਦੀ ਤਬੀਤ ਖਰਾਬ ਦੇ ਕਾਰਨ ਸਿਰਫ ਇਹ ਕਰਕੇ ਕਹਿ ਕੇ ਵੀ ਇਲੈਕਸ਼ਨ ਸਥगित ਕੀਤੇ ਜਾਂਦੇ ਨੇ ਮੈਂ ਕਿਹਾ ਵੀ ਬੈ ਵਿਜ਼ਟਰ ਹਾਂ ਮੇਰੇ ਪਾਸ ਪਾਸ ਹੈ ਮੈਂ ਅੰਦਰ ਜਾਣਾ ਚਾਹਨਾ ਮੈਂ ਅੰਦਰੋਂ ਪਤਾ ਕਰਨਾ ਚਾਹਨਾ ਵੀ ਕੀ ਗੱਲ ਹੈ ਨਹੀਂ ਜਾ ਸਕਦੇ ਨਾ ਲਿਖ ਕੇ ਦੇਣ ਨੂੰ ਤਿਆਰ ਨੇ ਨਾ ਜਾਣ ਨੂੰ ਤਿਆਰ ਨੇ ਬਿਲਕੁਲ ਇਸ ਤਰ੍ਹਾਂ ਦਾ ਪੌਣਾ ਘੰਟਾ ਤਾਂ ਮੈਂ ਉੱਥੇ ਹੀ ਖੜਾ ਰਿਹਾ ਇਹ ਗੱਲ ਦੇਖਦੇ ਹੋਏ ਕਿ ਦੇਖਦਾ ਹਾਂ ਮੈਨੂੰ ਵੀ ਕਿੰਨੀ ਤੱਕ ਕੋਈ ਜਵਾਬ ਦਿੰਦੇ ਨੇ ਕਿਸੇ ਦਾ ਕੋਈ ਜਵਾਬ ਕਿਸੇ ਢੰਗ ਦਾ ਨਹੀਂ ਆਇਆ ਉਹ ਨਹੀਂ ਪਤਾ ਲੱਗਿਆ ਵੀ ਜਾਓ ਹੁਣ ਤੱਕ ਖਤਮ ਹੈ ਸਾਰਾ ਅੱਜ ਦਾ ਮਸਲਾ ਜੀ ਉਸ ਤੋਂ ਬਾਅਦ ਅਸੀਂ ਕਚਵਈਆਂ ਦੇ ਵਿੱਚ ਕੇਸ ਪਾਏ ਹੁਣ ਹੈਰਾਨੀ ਦੀ ਗੱਲ ਤੇ ਇੱਕ ਦਿਲਚਸਪ ਗੱਲ ਇਹ ਹੈ ਜੀ ਇਸ ਤੋਂ ਬਾਅਦ ਇਹ ਤਾਂ ਪਹਿਲਾਂ ਤੇ ਇਹ ਹੀ ਬੇ ਥੋੜਾ ਜਿਆਦਾ ਹੋਰ ਦੱਸਾਂ ਜੀ ਅਖਬਾਰਾਂ ਦੇ ਵਿੱਚ ਅਗਲੇ ਦਿਨ ਆਇਆ ਲੋਕਾਂ ਨੇ ਇੰਟਰਵਿਊ ਲਈ ਤੀ ਇਹਨਾਂ ਨੂੰ ਪੁੱਛਿਆ ਦੋ ਸਵਾਲ ਕਿਤੇ ਅਨਿਲ ਮਸੀਹ ਜੀ ਨੂੰ ਕਹਿੰਦੇ ਮੇਰੇ ਤਾਂ ਕਈ ਦਿਨਾਂ ਦੀ ਬੈਕ ਪੇਨ ਹੋ ਰਹੀ ਸੀ ਕਈ ਦਿਨਾਂ ਤੋਂ ਜੀ ਅਤੇ ਉਧਰ ਡਿਪਟੀ ਕਮਿਸ਼ਨਰ ਇਹ ਕਹਿ ਰਹੇ ਨੇ ਕਿ ਮੇਰੇ ਕੋਲੇ ਸਮਾਂ ਨਹੀਂ ਸੀ ਹੋਰ ਨੂੰ ਲਗਾਉਣ ਦਾ ਜੀ ਲਗਾਏ ਜਾਣ ਦੇ ਵਾਸਤੇ ਅੱਧਾ ਮਿੰਟ ਦੀ ਲੋੜ ਹੈ ਸਾਰੇ ਦੇ ਸਾਰੇ ਉੱਥੇ ਹਾਜ਼ਰ ਸਨ ਉਹਨਾਂ ਦੇ ਵਿੱਚੋਂ ਕਿਸੇ ਇੱਕ ਜਣੇ ਨੂੰ ਕਦੋਂ ਵੀ ਬਣਾ ਦਿੰਦੇ ਮੰਨ ਲਓ ਜੀ ਸਾਰੇ 35 ਦੇ 35 ਲੋਗ ਇੱਕ ਅਕਾਲੀ ਦਲ ਦੇ ਵੀ ਇੱਕ ਉਮੀਦ ਇੱਕ ਕਾਉਂਸਲਰ ਨੇ ਕਾਉਂਸਲਰ ਨੇ 30+ ਮੈਂਬਰ ਪਾਰਲੀਮੈਂਟ 36 ਜਾਣੇ ਉੱਥੇ ਪਹੁੰਚ ਗਏ ਹੁੰਦੇ ਜੀ ਜੀ ਉੱਥੇ ਉਹਨਾਂ ਨੂੰ ਪਤਾ ਲੱਗਦਾ ਮੈਂ ਇੱਕ ਬਿਲਕੁਲ ਹਾਈਪੋਥੈਟিক্যাল ਉਦਾਹਰਣ ਦੇ ਤੌਰ ਤੇ ਦੇ ਰਿਹਾ ਹਾਂ ਕਿ ਜਿਹੜੇ ਸਾਡੇ ਅੱਜ ਜਿਨ੍ਹਾਂ ਨੇ ਨਾਮਿਨੇਟ ਜਿਨ੍ਹਾਂ ਨੇ ਪ੍ਰੈਜ਼ਾਈਡ ਕਰਨਾ ਸੀ ਨਾਮਿਨੇਟਿਡ ਕਾਉਂਸਲਰ ਨੇ ਉਹਨਾਂ ਦਾ ਜੀ ਰਾਸਤੇ 'ਚ ਐਕਸੀਡੈਂਟ ਹੋ ਗਿਆ ਮੈਂ ਵੈਸੇ ਇੱਕ ਉਦਾਹਰਣ ਦੇ ਰਿਹਾ ਹਾਂ ਇੱਕ ਹਾਈਪੋਥੈਟিক্যাল ਉਹਨਾਂ ਦੇ ਚੋਟ ਲੱਗ ਗਈ ਜੀ ਹਸਪਤਾਲ ਲੈ ਗਏ ਸਾਰੇ ਚਰਚ ਉੱਤੇ ਫਿਕਰ ਹੁੰਦਾ ਪਰ ਨਾਲ ਦੀ ਨਾਲ ਮੀਟਿੰਗ ਸਾਰੇ ਇਕੱਠੇ ਸੀ ਕਿਸੇ ਇੱਕ ਨੂੰ ਹੋਰ ਕਿਹਾ ਜਾ ਸਕਦਾ ਸੀ ਤੁਸੀਂ ਚੱਲ ਜਾ ਕੇ ਉੱਥੇ ਬੈਠੋ ਤੇ ਕੰਡਕਟ ਕਰੋ ਸਿਰਫ ਸਿਰਫ ਮੇਰ ਦੇ ਕਰਵਾਣੇ ਹੁੰਦੇ ਨੇ ਮਿਹਰਬਾਨ ਜਨਦਾ ਜਿਹੜਾ ਉਹਨੇ ਫਿਰ ਦੂਜੇ ਦੋਨੋਂ ਕਰਵਾਣੇ ਹੁੰਦੇ ਨੇ ਜੀ ਜੀ ਤੇ ਪਰ ਨਹੀਂ ਹੋਇਆ ਕਹਿੰਦੇ ਜੀ ਟਾਈਮ ਨਹੀਂ ਸੀ ਸਾਨੂੰ ਕਰਨ ਦਾ ਅਤੇ ਉਸ ਤੋਂ ਬਾਅਦ ਜਿਹੜੀ ਦਿਲਚਸਪ ਮੈਂ ਗੱਲ ਕਹਿੰਦਾ ਸਾਂ ਇਹ ਹੈ ਉਸ ਤੋਂ ਬਾਅਦ ਇੱਕ ਹੋਰ ਆਦੇਸ਼ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕਰਵਾ ਦਿੱਤਾ ਗਿਆ ਕਿ ਇਚ ਇਲੈਕਸ਼ਨ 6 ਤਰੀਕ ਨੂੰ ਨੇ ਲੋ ਐਂਡ ਆਰਡਰ ਸਮੱਸਿਆ ਬਣ ਗਈ ਹੈ ਜੀ ਲॉ ਐਂਡ ਆਰਡਰ ਸਮੱਸਿਆ ਕਿਨੇ ਬਣਾਈ ਜੀ ਸੀ ਪਹਿਲਾਂ ਤਾਂ ਹਾਲੇ ਲੋ ਐਂਡ ਆਰਡਰ ਛਤੀਸਗੜ ਵਗੈਰਾ ਦੀ ਜਗ੍ਹਾ ਦੇ ਵਿੱਚ ਜਿੱਥੇ ਨਕਸਲਵਾਦ ਹਨ ਉੱਥੇ ਇਲੈਕਸ਼ਨ ਹੋ ਗਏ ਨੇ ਇੱਥੇ ਚੰਡੀਗੜ੍ਹ ਦੇ ਵਿੱਚ ਕਹਿੰਦੇ ਲੋ ਐਂਡ ਆਰਡਰ ਸਿਚੁਏਸ਼ਨ ਬਣ ਗਈ ਹੱਦ ਹੁੰਦੀ ਹੈ ਕਿਸੇ ਗੱਲ ਦੀ ਕਰਨ ਨੂੰ ਪਰ ਇਹਨਾਂ ਨੇ ਉਹੀ ਕੀਤੀ ਕਿ ਇਹਨਾਂ ਨੇ ਇਲੈਕਸ਼ਨ ਇੱਕ 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 ਹੁਣ ਤਾਂ ਲੋ ਐਂਡ ਆਰਡਰ ਦੀ ਸਿਚੁਏਸ਼ਨ ਹੋ ਗਈ ਤਾਂ ਉਹਨਾਂ ਨੇ 6 ਤਰੀਕ ਫਰਵਰੀ ਦੀ ਪਾ ਦਿੱਤੀ ਸਾਡਾ ਜਾਣਾ ਪੰਦਾ ਸੀ ਹਾਈ ਕੋਰਟ ਹਾਈ ਕੋਰਟ ਦੇ ਵਿੱਚ ਗਏ ਹਾਈ ਕੋਰਟ ਨੇ ਫੈਸਲਾ ਕੀਤਾ ਉਹਨਾਂ ਫੁਨਕੇ ਕੇ ਇਹਨਾਂ ਨੇ ਫੇਰ ਬਹਾਨੇ ਬਹਾਨੇ ਤੇ ਬਹਾਨਾ ਬਹਾਨੇ ਤੇ ਬੁਲਾਣਾ 26 ਨੂੰ ਇਲੈਕਸ਼ਨ ਨਹੀਂ ਕਰਾ ਸਕਦੇ 26 ਤੋਂ ਪਹਿਲਾਂ ਨਹੀਂ ਕਰਾ ਸਕਦੇ 26 ਰਿਪਬਲਿਕ ਡੇ ਹੈ ਛੁੱਟੀ ਹੁੰਦੀ ਹੈ ਉਸ ਤੋਂ ਵਸਤਾਈ ਨੂੰ ਨਹੀਂ ਕਰਵਾ ਸਕਦੇ ਉਹ ਬੀਟਿੰਗ ਰੀਟਰੀਟ ਦਿੱਲੀ ਹੋ ਰਹੀ ਹੈ ਜੀ ਆਰਗੂਮੈਂਟ ਦੇਖੋ ਇਹ ਕਹਿੰਦੇ ਨੇ ਬਿੱਲੀ ਦਿੱਲੀ ਉੱਥੇ ਫੰਕਸ਼ਨ ਹੁੰਦੇ ਦਿੱਲੀ ਦੇ ਉਹਦੇ ਵਿੱਚ ਤਿੰਨ ਦਿਨਾਂ ਦਾ ਬੀਟਿੰਗ ਰੀਟਰੀਟ ਹੁੰਦਾ 26 ਤਾਈ 27 29 ਤੱਕ ਦਿੱਲੀ ਦੇ ਹੁੰਦਾ 22 ਤੋਂ ਬਾਅਦ 27 28 29 ਬੀਟਿੰਗ ਰੀਟਰੀਟ ਜਿੱਥੇ ਉਹ ਫੋਜਾਂ ਫਿਰ ਵਾਪਸ ਜਾਂਦੀਆਂ ਨੇ ਤਾਂ ਉਹ ਉੱਥੇ ਹੈ ਦਿੱਲੀ ਬੀਟਿੰਗ ਰੀਟਰੀਟ ਹੋਣੀ ਹੈ ਜੀ 29 ਤੱਕ ਨਹੀਂ ਕਰਵਾ ਸਕਦੇ ਹਾਈ ਕੌਂਡ ਫਿਰ ਚਲੋ 29 ਤੱਕ ਵੀ ਨਾ ਕਰੋ ਤੀਨ ਉਹਨਾਂ ਨੇ ਇਲੈਕਸ਼ਨ ਆਰਡਰ ਕਰ ਦਿੱਤੇ ਅਤੇ ਹੁਣ ਉਹਨਾਂ ਕੋਲੇ ਕੋਈ ਚਾਰਾ ਨਹੀਂ ਸੀ ਕਿ 29 ਨੂੰ ਇਨਕਾਰ ਕਰਨ ਫਿਰ ਉਹਨਾਂ ਦੀ ਨੋਟੀਫਿਕੇਸ਼ਨ ਡਿਪਟੀ ਕਮਿਸ਼ਨਰ ਦੀ ਆ ਗਈ ਹੈ ਕਿ ਤਿੰਨ ਉਹਨਾਂ ਇਲੈਕਸ਼ਨ ਹੋਣਗੇ ਪਰ ਇਹਨਾਂ ਦੇ ਰਵੱਈਏ ਤੋਂ ਇਹਨਾਂ ਦੇ ਤੌਰ ਤਰੀਕੇ ਤੋਂ ਡਰ ਇਹnde ਹਰ ਮੰਦ ਦੇ ਵਿੱਚ ਕੋਈ ਸ਼ੰਕਾ ਨਹੀਂ ਸਾਨੂੰ ਅਸੀਂ ਵੀ ਜਾਣੇ ਹਾਂ ਆਮ ਜਿਹੜੇ ਅਕਾਲੀ ਦਲ ਨੇ ਉਹਨਾਂ ਨੇ ਕਿਹਾ ਕਿ ਉਹ ਕਿਸੇ ਨਾਲ ਨਹੀਂ ਲੱਗਣਗੇ ਪਰ ਲੱਗ ਵੀ ਜਾਂਦੇ ਨੇ ਮੰਨ ਲਓ ਤਾਂ ਵੀ ਉਹਦਾ ਨੰਬਰ ਤਾਂ ਵੀ ਨੰਬਰ 16 ਹੁੰਦਾ ਹੈ ਪਿਛਲੇ 2 ਸਾਲ ਭਾਰਤੀ ਜਨਤਾ ਪਾਰਟੀ ਤਾਂ ਇੱਕ ਇੱਕ ਵੋਟ ਤੇ ਜਿੱਤੀ ਹੈ ਜੀ ਅਗਰ ਲੋਕਤੰਤਰ ਵਿਸ਼ਵਾਸ ਹੁੰਦੇ ਲੋਕਤੰਤਰ ਨੂੰ ਮਜ਼ਬੂਤ ਕਰਨਾ ਚਾਹਣ ਉਹ ਭਾਵਨਾ ਹੋਵੇ ਮੰਦੇ ਵਿੱਚ ਕਹਿ ਦਿੰਦੇ ਵੀ ਠੀਕ ਹੈ ਜੀ ਹੁਣ ਤਾਂ ਉਹਨਾਂ ਦੇ ਗੇਮ ਹੋ ਗਈ ਪੂਰੀ ਗੱਲ ਖਤਮ ਜਿਵੇਂ 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 30 ਤਰੀਕ ਆ ਰਹੀ ਹੈ ਹੁਣ 30 ਤਰੀਕ ਨੂੰ ਚੋਣ ਹੈ ਤੁਸੀਂ ਅਨਿਲ ਮਸੀਹ ਸਾਹਿਬ ਨੂੰ ਹਿਮਨਟਰੀਅਨ ਗਰਾਉਂਡ ਦੇ ਉੱਤੇ ਕੋਈ ਸੇਵਕਲੇ ਲੈ ਕੇ ਹਾਲਚਾਲ ਪੁੱਛਣਾ ਸੀ ਜਾ ਕੇ ਕਿਤੇ ਦੁਬਾਰਾ ਨਾ ਬਿਮਾਰ ਹੋ ਜਾਣ ਜਾਂ ਨਵਾਂ ਜਿਹੜਾ ਬੰਦਾ ਲਾਇਆ ਜਾਵੇ ਉਹ ਨਾ ਬਿਮਾਰ ਹੋ ਜੇ ਕੋਈ ਪਤਾ ਨਹੀਂ ਜੀ ਉਹ ਵੀ ਕਹਿੰਦੇ ਜੀ ਕਿ ਉਹਨੂੰ ਮਾਰਨੇ ਆਏ ਜੀ ਉਹਨਾਂ ਦਾ ਕੀ ਕਿਸੇ ਗੱਲ ਤੇ ਵਿਸ਼ਵਾਸ ਹੈ ਜੋ ਹਾਲ ਕਰ ਰੱਖੇ ਹੈ ਇਸ ਵਕਤ ਉਹਨਾਂ ਨੇ ਪੁੱਛਣ ਜਾਂਦੇ ਉਹਦਾ ਕੀ ਫਾਇਦਾ ਸੀ ਪਰ ਜਦੋਂ ਸਾਨੂੰ ਵਿਸ਼ਵਾਸ ਹੀ ਹੈ ਕਿ ਇਹ ਤਾਂ ਬਿਮਾਰ ਨਹੀਂ ਸੀ ਬਿਮਾਰ ਕਰ ਦਿੱਤੇ ਗਏ ਨਹੀਂ ਫਿਰ ਵੀ ਚਲੋ ਸੇਬਕੇਲੇ ਤਾਂ ਬੰਦਾ ਚਾਰੇ ਪੱਖੋਂ ਦੇਖ ਸਕਦਾ ਹੈ ਨਹੀਂ ਇਹ ਤਾਂ ਇੱਕ ਨੀ ਇੱਕ ਤਾਂ ਇਹ ਬਹੁਤ ਵੱਡੀ ਗੱਲ ਕਹਿ ਗਿਆ ਵੀ ਕੋਈ ਨਾ ਮੇਰੇ ਤੇ ਇਲਜ਼ਾਮ ਲਾਉਂਦੇ ਪਰ ਆਦਰਵਾਇਜ਼ ਵੀ ਮਕੋਲ ਲੱਗਣਾ ਸੀ ਕਿ ਮੈਂ ਉਹਨਾਂ ਕੋਲੇ ਜਾ ਰਿਹਾ ਉਹਨਾਂ ਦਾ ਮਕੋਲ ਉਡਾ ਰਿਹਾ ਮੈਂ ਉਹ ਵੀ ਲੱਗਣਾ ਸੀ ਮੇਰਾ ਇਹ ਸਵਾਲ ਕਰਨ ਦਾ ਮਕਸਦ ਇਹ ਹੈ ਜੀ ਮੈਂ ਕਿ 30 ਤਰੀਕ ਨੂੰ ਵੀਨਰ ਦੁਆਰਾ ਕਿਤੇ ਤੁਹਾਨੂੰ ਇਸ ਦਾ ਖਰਚਾ ਹੈ ਮੈਨੂੰ ਤੁਹਾਨੂੰ ਹੈ ਵੀ ਪਤਾ ਨਹੀਂ ਕੀ ਕਰ ਦੇਣਗੇ ਪਰ ਅਗਰ ਕਰਨਗੇ ਤਾਂ ਇਹ ਖੁਦ ਆਪਣੇ ਖਾਤਮੇ ਦਾ ਮੈਂ ਕਹਿ ਰਹੇ ਹੁਦਿਆਂ ਜੜਾ ਪਟਣਗੇ ਜੀ ਮੋਕਰੀ ਵੀ ਬਣ ਗਈ ਇੱਕ ਬੋકરી ਬਣਦੀ ਹੈ ਫਿਰ ਕਿਹੜੀ ਗੱਲਾਂ ਇਹ ਕਹਿ ਸਕਦੇ ਨੇ ਕਿ ਅਸੀਂ ਲੋਕਤੰਤਰ ਦੇ ਹੱਕ ਵਿੱਚ ਹਾਂ ਲੋਕਤੰਤਰ ਨੂੰ ਅਸੀਂ ਮਜ਼ਬੂਤ ਕਰ ਰਹੇ ਹਾਂ ਫਿਰ ਤਾਂ ਬਲਕਿ ਉਹ ਸਾਬਤ ਹੁੰਦੀਆਂ ਜਿਹੜੀਆਂ ਕਰਨਾ ਸੀ ਪਹਿਲਾਂ ਕਹਿੰਨੇ ਆ ਕਿ EVM ਮਸ਼ੀਨਾਂ ਦੀਆਂ ਵੀ ਗੜਬੜ ਕਰਦੇ ਨੇ ਜਿੱਥੇ ਜੋ ਹਤਕੰਡੇ ਅਪਣਾਏ ਜਾਂਦੇ ਨੇ ਉਹ ਕਰ ਸਕਦੇ ਨੇ ਇਹਨਾਂ ਨੇ Madhya Pradesh ਵਿੱਚ ਅਬ ਤੇ ਨੰਬਰ ਨਾ ਹੁੰਦੇ ਹੋਏ ਕਾਂਗਰਸ ਦੀ ਸਰਕਾਰ ਗਿਰਵਾਤੀ ਕਾਂਗਰਸ ਦੇ ਲੋਕਾਂ ਨੂੰ ਤੋੜ ਲਿੱਤਾ ਕਿਵੇਂ ਤੋੜ ਲਿੱਤਾ ਉਹ ਨਹੀਂ ਮੈਂ ਗੱਲ ਕਰਾਂਗਾ ਉਸ ਤੋਂ ਬਾਅਦ ਇਹਨਾਂ ਨੇ ਗੋਆ ਦੇ ਵਿੱਚ ਕਾਂਗਰਸ ਦੀ ਸਰਕਾਰ ਵੋਟਾਂ ਸੀਟਾਂ ਜ਼ਿਆਦਾ ਆਈਆਂ ਸਨ ਰਾਤ ਰਾਤ ਦੇ ਵਿੱਚ ਹੀ ਭਾਜਪਾ ਵਾਲਿਆਂ ਨੇ ਸੌਂਚਕਵਾਤੀ ਗਵਰਨਰ ਦੇ ਘਰ ਜਾ ਕੇ ਰਾਤ ਨੂੰ ਉਥੋਂ ਸੌਂਚਕਵਾਤੀ ਫਿਰ ਹੁਣ ਮਹਾਰਾਸ਼ਟਰ ਵਿੱਚ ਕੀ ਹੋਇਆ ਨਾਰਥ-ਈਸਟ ਦੇ ਵਿੱਚ ਕੀ ਹੋਇਆ ਇਹ ਸਾਰੀਆਂ ਗੱਲਾਂ ਨੂੰ ਵੇਖਦੇ ਹੋਏ ਇਹਨਾਂ ਦੀ ਇੱਕ ਜਿਹੜੀ ਲੋਕਤੰਤਰ ਦੇ ਵਿੱਚ ਵਿਸ਼ਵਾਸ ਹੀ ਨਹੀਂ ਲੋਕਤੰਤਰ ਦਾ ਇਸਤੇਮਾਲ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਲੋਕਤੰਤਰ ਨੂੰ ਹੀ ਖਤਮ ਕਰਨ ਲੱਗੀ ਹੈ ਇਹ ਸਾਨੂੰ ਇਹ ਜਿਹੇ ਇਲਜ਼ਾਮ ਲਗਾਣਾ ਨਹੀਂ ਚਾਹਦੇ ਪਰ ਇਹ ਜੇ ਬੇਬਸ ਹੋ ਕੇ ਅਸੀਂ ਇਹ ਕਹਿੰਦੇ ਆ ਕਿ ਇੱਥੋਂ ਤੱਕ ਹਾਲਾਤ ਪਹੁੰਚ ਚੁੱਕੀ ਹੈ ਕਿ ਵੇਖ ਨਹੀਂ ਸਕਦੇ ਕਿ ਕੋਈ ਹੋਰ ਦਿੱਤੇ ਤਜਬ ਦੀ ਗੱਲ ਇਹ ਹੈ ਇਹਨਾਂ ਦੇ ਜਨਰਲ ਸਕੱਤਰ ਸੀਨੀਅਰ ਲੀਡਰ ਬੀਜੇਪੀ ਦੇ ਇੱਥੇ ਆਏ ਹੋਏ ਨੇ ਕੱਲ ਉਹਨਾਂ ਨੇ ਮੀਟਿੰਗ ਦਿੱਤੀ ਮੈਂ ਤਾਂ ਨਹੀਂ ਜਾਣਦਾ ਉਹਨਾਂ ਨੂੰ ਮੈਂ ਤਾਂ ਨੱਕ ਦੱਸਿਆ ਖਵਾਰਾਂ ਵਿੱਚ ਬਿਲਕੁਲ ਵੱਡਾ ਲਿਖਿਆ ਹੋਇਆ ਅੱਜ ਜੀ ਕਿ ਉਹ ਕਹਿੰਦੇ ਨੇ ਨਿਸ਼ਚਿਤ ਰਹੋ ਆਪਣੇ ਕਾਉਂਸਲਰਸ ਨੂੰ ਕਹਿ ਰਿਹਾ ਹਾਂ ਅਸੀਂ ਚੋਣ ਜਿੱਤਾਂਗੇ ਮੈਂ ਐਸੇ ਕੰਫੀਡੈਂਸ ਜੋ ਨਜ਼ਰ ਆ ਰਿਹਾ ਹੈ ਉਸੇ ਤੇ ਆਉਣਾ ਚਾਹ ਰਿਹਾ ਜੀ ਕਿ ਕੀ ਲੱਗਦਾ ਹੈ ਕਿ ਦੇਖੋ ਤਿੰਨ ਤਰ੍ਹਾਂ ਦਾ ਫਾਰਮੂਲਾ ਆਪਾਂ ਵੀ ਜਾਣਦੇ ਹਾਂ ਤੁਸੀਂ ਤਾਂ ਬੜੇ ਪੁਰਾਣੇ ਪਾਰਲੀਮੈਂਟਰੀਅਨ ਹੋ ਸੀਜ਼ਨਡ ਪੋਲੀਟੀਸ਼ੀਅਨ ਹੋ ਅਸੀਂ ਵੀ ਚਲੋ ਜਿੰਨਾ ਨੇੜੇ ਤੋਂ ਦੇਖਿਆ ਸਿਆਸਤ ਨੂੰ ਇਲੈਕਸ਼ਨ ਦੀ ਸਿਆਸਤ ਨੂੰ ਦੇਖਿਆ ਜਾਂ ਤਾਂ ਐਬਸੈਂਟ ਹੋ ਸਕਦੇ ਨੇ ਤੁਹਾਡੇ ਕਾਉਂਸਲਰ ਆਪ ਦੇਤੇ ਕਾਂਗਰਸ ਦੇ ਉਹ ਸੂਰਤ ਚ ਬੀਜੇਪੀ ਦਾ ਨੰਬਰ ਵੱਧ ਸਕਦਾ ਹੈ ਜਾਂ ਕ੍ਰਾਸ ਵੋਟਿੰਗ ਹੋ ਸਕਦੀ ਹੈ ਜਾਂ ਫਿਰ ਆ ਕੋਈ ਬਿਮਾਰਸ਼ਮਾਰ ਹੋ ਜੇ ਉਹਦੇ ਕਰਕੇ ਅੱਗੇ ਪੈ ਸਕਦੀ ਹੈ ਤੁਹਾਨੂੰ ਹਾਲੇ ਵੀ ਖਤਰਾ ਹੈ ਕਿ ਤੁਹਾਡੇ ਕੌਂਸਲਰ ਖਰੀਦੇ ਜਾ ਸਕਦੇ ਨੇ ਸਾਨੂੰ ਖਤਰਾ ਕੋਈ ਨਹੀਂ ਸਾਨੂੰ ਨਹੀਂ ਐਬਸੈਂਟੀ ਕਰ ਦਿੱਤਾ ਜਾਏ ਉਸਨੇ ਨਹੀਂ ਐਬਸੈਂਟ ਵੀ ਉਹੀ ਗੱਲ ਹੁੰਦੀ ਹੈ ਅਗਰ ਉਹੀ ਗੱਲ ਹੋਵੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਜਿਹੜੇ ਕਾਂਗਰਸ ਅਤੇ ਆਪ ਦੇ ਜਿਹੜੇ ਕੌਂਸਲਰਸ ਨੇ ਉਹ ਬਿਲਕੁਲ ਇਕੱਠੇ ਹੋ ਕੇ 20 ਦੇ 20 ਵੋਟਾਂ ਕਾਂਗਰਸ ਨੂੰ ਪਾਣਗੇ ਉਹਨੇ ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਚ ਕੋਈ ਇਦੁਰਦੋ ਹੋ ਜਾਏਗਾ ਇਹਨਾਂ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਉਹਨਾਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਵਿੱਚ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹਨਾਂ ਦੇ ਸੀਨੀਅਰ ਲੋਕ ਜੀ ਸਾਡੇ ਲੋਕ ਉਹਨਾਂ ਦੀਆਂ ਗੱਲਾਂ 'ਚ ਨਹੀਂ ਆ ਰਹੇ ਨਹੀਂ ਮੰਨ ਰਹੇ ਉਹਨਾਂ ਦੀ ਮੈਂ ਉਦੋਂ ਵੱਧ ਨਹੀਂ ਕਹਿਣਾ ਚਾਹਾਂਗਾ ਇਸ ਦੇ ਵਿੱਚ ਉਹ ਕੀ-ਕੀ ਕਹਿ ਰਹੇ ਨੇ ਸਾਡੇ ਕਾਉਂਸਲਰਸ ਨੂੰ ਪਰ ਕੋਈ ਮੰਨ ਨਹੀਂ ਰਿਹਾ ਉਹਨਾਂ ਦੀ ਗੱਲ ਅਤੇ ਪੱਕੇ ਅਡਿਕ ਨੇ ਸਾਡੇ 20 ਦੇ 20 ਜਾਣੇ ਕਿ ਅਸੀਂ ਇਕੱਠੇ ਹੋ ਕੇ ਤਿੰਨੋਂ ਦੀਆਂ ਤਿੰਨੋਂ ਸੀਟਾਂ ਜਿੱਤਾਂਗੇ ਪਰ ਮੈਨੂੰ ਫਿਰ ਉਹੀ ਡਰ ਆਉਂਦਾ ਜਿਹੜਾ ਤੁਸੀਂ ਕਹੇ ਵੀ ਕੀ ਡਰ ਤੁਹਾਨੂੰ ਹੁੰਦਾ ਵੀ ਜੋ ਕਿਉਂ ਕਹਿ ਰਹੇ ਨੇ ਅਸੀਂ ਪੱਕੇ ਹਾਂ ਮੈਨੂੰ ਹੰਤ ਉਹਨੇ ਖੋਰ ਉਧਾਰਨ ਦੇ ਰਿਹਾ ਜਿਹੜਾ ਮੈਨੂੰ ਵੈਸੇ ਸੰਭਵ ਹੈ ਥੋੜੀ ਥੋੜੀ ਦੇਰ ਪਹਿਲਾਂ ਹੀ ਵੀ ਚੀਜ਼ ਦਿਮਾਗ ਚ ਆਈ ਪ੍ਰੈਜ਼ਾਈਡਿੰਗ ਅਫੀਸਰ ਉਹਨਾਂ ਦੇ ਅਫਸਰ ਉੱਪਰ ਉਹਨਾਂ ਦੇ ਬੈਠੇ ਨੇ ਜੀ ਜਿਹੜਾ ਬੈਲਟ ਪੇਪਰ ਮੈਂ ਮੰਨ ਲਓ ਵੋਟ ਪਾਣ ਜਾ ਰਿਹਾ ਮੈਨੂੰ ਬੈਲਟ ਪੇਪਰ ਤੇ ਛੋਟਾ ਜਿਹਾ ਇੱਕ ਜਗ੍ਹਾ ਤੇ ਨਿਸ਼ਾਨ ਲਾਤਾ ਹੂੰ ਪਿੱਛੇ ਲਾਤਾ ਜਾਂ ਕੋਨੇ ਤੇ ਲਾਤਾ ਉਹਦਾ ਸਮਝ ਨਹੀਂ ਆਈ ਮੈਨੂੰ ਤਾਂ ਪਤਾ ਹੀ ਵੀ ਨਹੀਂ ਲੱਗਿਆ ਲਾਈ ਬੈਠੇ ਨੇ ਜਦੋਂ ਮੈਨੂੰ ਪਰਚੀ ਫੜਾਉਂਦੇ ਆਪਦਾ ਪੈਨ ਉਹਦੇ ਹੱਥ 'ਚ ਹੁੰਦਾ ਦਸਤਕਤ ਕਰਵਾਣੇ ਹੁੰਦੇ ਨੇ ਕਰਨੇ ਹੁੰਦੇ ਨੇ ਉਤੇ ਇੱਕ ਡਾਟ ਕਿਸੇ ਤੇ ਕੁਝ ਕਰ ਦਿੱਤਾ ਸਾਡੇ ਲੋਕ ਰਾਮ ਲਾਲ ਅਨਵੇਅਰ ਆਫ ਦਿਸ ਨਾ ਪਤਾ ਹੁੰਦੇ ਉਹਨੇ ਚਾਕੇ ਆਪਣੀਆਂ ਵੋਟਾਂ ਪਾਈਆਂ ਆਪਣੇ ਵੋਟ ਪਾ ਕੇ ਆ ਕੇ ਲਾ ਕੇ ਜਦੋਂ ਗਿਣਨ ਲੱਗੇ ਆ ਉਹਨਾਂ ਚ ਨਿਸ਼ਾਨ ਨਿਕਲਦੇ ਆ ਆ ਤੁਹਾਡੇ ਇਥੇ ਨਿਸ਼ਾਨ ਲਾਇਆ ਹੋਇਆ ਜੀ ਵੋਟ ਰੱਦ ਤੁਸੀਂ ਇਹ ਨਿਸ਼ਾਨ ਲਾਇਆ ਜੀ ਵੋਟਾਂ ਰੱਦ ਤੁਹਾਡੀਆਂ ਉਹਨਾਂ ਦੇ 15 ਨੇ ਤੁਹਾਡੀਆਂ ਚਾਰ ਪੰਜ ਵੋਟਾਂ ਰੱਦ ਕਰ ਦੇਣ। ਯਾ ਇਵਨ ਕਿ ਸ਼ਿਆਹੀ ਨਹੀਂ ਮਿਲਦੀ ਤੁਹਾਡੇ ਪੈਨ ਦੀ। ਬਿਲਕੁਲ ਕੁਝ ਨਹੀਂ। ਨਹੀਂ ਉਹ ਤਾਂ ਮੋਹਰ ਲਾਣੀ ਹੈ ਜੀ ਉੱਥੇ ਦੂਜੀ। ਉਹ ਤਾਂ ਮੋਹਰ ਲੱਗਦੀ ਹੈ। ਇਹ ਇਹ ਵੀ ਤੁਸੀਂ ਕੋਈ ਨਿਸ਼ਾਨ ਨਹੀਂ ਲਗਾ ਸਕਦੇ ਜਿਸ ਕੋ ਸ਼ਨਾਖਤ ਹੋ ਸਕੇ ਵੀ ਕਿਸ ਨੇ ਕਿਸ ਨੂੰ ਵੋਟ ਪਾਈ ਹੈ। ਜੇ ਮੈਂ ਤੁਸੀਂ ਮੈਨੂੰ ਕਿਹਾ ਮੈਂ ਵੋਟ ਤੁਹਾਨੂੰ ਪਾਵਾਂ। ਮੈਂ ਅਗਰ ਉਸ ਤੇ ਨਿਸ਼ਾਨ ਲਾਤਾ ਤੁਸ ਤੁਹਾਨੂੰ ਵਿਸ਼ਵਾਸ ਦਿਲਾਉਣ ਵਾਸਤੇ ਵੀ ਇਹ ਮੇਰੇ ਤੋਂ ਇਹ ਨਿਸ਼ਾਨ ਲੱਗਿਆ ਹੋਏਗਾ ਜੀ ਵੇਖ ਲੈ। ਇਹ ਵੋਟ ਮੇਰੀ ਹੈ। ਤੇ ਵੋਟ ਤੁਹਾਨੂੰ ਪਾਵਾਂਗਾ ਮੈਂ। ਉਸ ਢੰਗ ਦੇ ਨਾਲ ਇਹ ਕਹਿ ਦੇਣਗੇ ਕਿ ਤੁਸ ਤੇ ਨਿਸ਼ਾਨ ਲਾਏ ਨੇ ਜੀ ਇਹ ਵੋਟਾਂ ਤੇ। ਤੁਹਾਡੀਆਂ ਵੋਟਾਂ ਰ ਹੈ ਨਹੀਂ ਇਹ ਕਿਤੇ ਗੱਲ ਮੈਂ ਤੁਹਾਨੂੰ ਇਹ ਦੱਸਾਂ ਪਰ ਅਪੀਲੈਂਸ ਹੈ ਤੁਹਾਡੀ ਇੱਕ ਬਤਲ ਕਿ ਕਿਸ ਗੱਲੋਂ ਕਹੀ ਜਾ ਰਹੇ ਨੇ ਅਸੀਂ ਵੀ ਅਸੀਂ ਜਿੱਤਾਂਗੇ ਕਿਸ ਗੱਲੋਂ ਕਹੀ ਜਾ ਰਹੇ ਨੇ ਇਹੀ ਇਹੀ ਸਵਾਲ ਸਭ ਦੇ ਜੋ ਪੁੱਛ ਰਹੇ ਆ ਇਸ ਗੱਲੋਂ ਕਹਿੰਦੇ ਵੀ ਅਸੀਂ ਜਿੱਤਾਂਗੇ ਜੀ ਉਹ ਅਗਰ 15 ਨੇ ਅਸੀਂ 20 ਹਾਂ ਜੀ ਤਾਂ ਸਾਡੇ ਤਾਂ ਥੈਟ ਮੀਨ 6 ਜਣਿਆਂ ਨੂੰ ਰਿਜੈਕਟ ਕਰਨਗੇ ਜੀ 14 ਕਰਨਗੇ ਨਾ 20 ਦੀ ਜਗ੍ਹਾ 6 14 ਕਰਨਗੇ ਜੀ ਅਹੀਂ ਜਿੱਤਨਗੇ ਨਾ ਜੀ ਜੀ ਤੋੜ ਕੇ ਤਾਂ ਲੈ ਕੇ ਨਹੀਂ ਜਾ ਸਕਦੇ ਸਟੇਨ ਕਰਵਾ ਨਹੀਂ ਸਕਦੇ ਰੱਦ ਕਰ ਸਕਦੇ ਨੇ ਰੱਦ ਵੀ ਸਟੇਨ ਵਾਲੀ ਗੱਲ ਹੋ ਗਈ ਉਸ ਤੱਕ ਦੀ ਹੋ ਗਈ ਕਿ ਬਾਹਰ ਹੋ ਗਏ ਉਹ ਜੀ ਇਹੀ ਇੱਕ ਤਰੀਕਾ ਉਹਨਾਂ ਦੇ ਕੋਲੇ ਹੈ ਉਹਦੇ ਬਾਰੇ ਅਸੀਂ ਸਿਸਤਰ ਕਰਾਂਗੇ ਦੇਖਾਂਗੇ ਅਗਰ ਇਹ ਜਾਏ ਫਿਰ ਸਾਡੇ ਕਾਉਂਸਲਰਸ ਨੂੰ ਅਸੀਂ ਦੱਸਾਂਗੇ ਕਿ ਵੀ ਧਿਆਨ ਰੱਖਿਓ ਆਪਣੇ ਦੇਖ-ਦੇਖ ਕੇ ਬੇਸ਼ੱਕ 15 ਮਿੰਟ ਲੱਗ ਜਾਣ ਉਹਨੂੰ ਦੇਖਣ ਨਾਲ ਆਪਦੇ ਉਹਨੂੰ ਦੇਖ ਕੇ ਵੀ ਕਿਤੇ ਕੋਈ ਨਿਸ਼ਾਨ ਤਾਂ ਕਿਸੇ ਪਾਸੇ ਦਾ ਨਹੀਂ ਲੱਗਿਆ ਜੀ ਸਰਬੂਤ ਪਈ ਤੋਂ ਨੂੰ ম্যাগਨੀਫਾਈਂਗ ਗਲਾਸ ਵੀ ਦੇ ਲੋਟੇ ਚਸ਼ਮੇ ਲਾ ਕੇ ਭੇਜੋਗੇ ਤੁਸੀਂ ਨਹੀਂ ম্যাগਨੀਫਾਈਂਗ ਗਲਾਸ ਲਾ ਕੇ ਲੈ ਕੇ ਦੇਵਾਂਗੇ ਵੀ ਉੱਥੇ ਰੱਖ ਰੱਖ ਕੇ ਦੇਖੋ ਆਪਣੀ ਉਹਦੇ ਵਿੱਚ ਕੋਈ ਗਲਤ ਤਾਂ ਨਹੀਂ ਹੋਇਆ ਹੋਇਆ ਜੀ ਅਗਰ ਇਹੋ ਜਿਹਾ ਮਾਹੌਲ ਬਣਾ ਰਹੇ ਨੇ ਲੋਕਤੰਤਰ ਦੇ ਵਿੱਚ ਤੁਹਾਨੂੰ ਐਂ ਡਰ ਪੈਣ ਮੰਨਦੇ ਵਿੱਚ ਕਿੱਥੇ ਹੈ ਕੰਮ ਠੀਕ ਹੈ ਕਿਹੜੀਆਂ ਗੱਲਾਂ ਤੇ ਵੱਡੀਆਂ ਵੱਡੀਆਂ ਦਾਅਵੇ ਕਰਦੇ ਨੇ ਢੇਂਗਾ ਮਾਰਦੇ ਨੇ ਕਿ ਸਸ ਅਸੀਂ ਮਜ਼ਬੂਤੀ ਕਰ ਰਹੇ ਹਾਂ ਮੈ ਫਿਰ ਇਹ ਕਹ ਰਿਹਾ ਬੜੀ ਛੋਟਾ ਜਿਹਾ ਇਲੈਕਸ਼ਨ ਸੀ ਵੱਡੇ ਇਲੈਕਸ਼ਨਾਂ ਦੇ ਹਿਸਾਬ ਨਾਲ ਅੱਜ ਕਿਸ ਗੱਲੋਂ ਇਸ ਤੇ ਲੱਗੇ ਨੇ ਪਰ ਪਰ ਜਿਵੇਂ ਤੁਸੀਂ ਵੀ ਸ਼ੁਰੂਆਤ ਚ ਕਿਹਾ ਹੈ ਕਿ ਇੰਡੀਆ ਬਲਾਕ ਜਿਹੜਾ ਹੈ ਉਹਦੀ ਓਪਨਿੰਗ ਜਿਹੜੀ ਚੰਡੀਗੜ੍ਹ ਤੋਂ ਹੁੰਦੀ ਪ੍ਰਤੀਤ ਹੋ ਰਹੀ ਹੈ ਤਾਂ ਇਹ ਬਿਲਕੁਲ ਹੀ ਉਹਨਾਂ ਵਾਸਤੇ ਬੜਾ ਨਮੋਸ਼ੀਜਨਕ ਹੋਏਗਾ ਤੇ ਬੜੀ ਬਦਸ਼ੱਕ ਨਹੀਂ ਹੋ ਜਾਣੀ ਹੈ ਕਿ ਸਾਲ ਚੜਿਆ ਹੈ ਜਿਹੜੇ ਸਾਲ ਜਿਹੜਾ ਹੈਗਾ ਇੰਡੀਆ ਬਲਾਕ ਨੂੰ ਪਹਿਲੀ ਜਿੱਤ ਜਿਹੜੀ ਚੰਡੀਗੜ੍ਹ ਦੇ ਮੇਅਰ ਦੇ ਰੂਪ ਚ ਮਿਲ ਗਈ ਹੈ ਤਾਂ ਪਰ ਦੂਜਾ ਪਹਿਲੂ ਇਹ ਸਾਰੀ ਗੱਲ ਦਾ ਇਹ ਹੈ ਕਿ ਉਹ ਦੇਖਣਾ ਹੈ ਇਸ ਇਲੈਕਸ਼ਨ ਨੂੰ ਛੋਟਾ ਇਲੈਕਸ਼ਨ ਹੈ ਛੋਟਾ ਨਹੀਂ ਬਲਕਿ ਆਮ ਇਲੈਕਸ਼ਨ ਹੈ ਇੱਕ ਮੇਰ ਦਾ ਇਲੈਕਸ਼ਨ ਹੈ ਮੇਰ ਦੀ ਵੀ ਜਿਹੜੀ ਆਮ ਚੋਣਨੀ ਹੈ ਇੱਕ ਬੋਡੀ ਦੀ ਚੋਣ ਹੈ ਪਰ ਇਸ ਨੂੰ ਐਮਪੀ ਦੀ ਇਲੈਕਸ਼ਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਚੰਡੀਗੜ੍ਹ ਦੀ ਐਮਪੀ ਦੀ ਇਲੈਕਸ਼ਨ ਚ ਉਹਦੇ ਵਿੱਚ ਬਿਲਕੁਲ ਰਿਫਲੈਕਟ ਹੋਏਗਾ ਹੀ ਹੋਏਗਾ ਜੋ ਵੀ ਰਿਜ਼ਲਟ 30 ਤਰੀਕ ਨੂੰ ਜਾਂ ਉਸ ਤੋਂ ਜਦੋਂ ਵੀ ਆਉਂਦਾ ਹੈ ਤੁਸੀਂ ਕੀ ਮੰਨਦੇ ਹੋ ਕਿ ਇਹ ਗਠਜੋੜ ਜਿਹੜਾ ਇੰਡੀਆ ਬਲੌਕ ਹਾਲੇ ਕਿ ਨੈਸ਼ਨਲ ਪੱਧਰ ਤੇ ਕਾਫੀ ਕੁਝ ਹੋ ਰਿਹਾ ਆਪਾਂ ਕਰ ਉਹਨਾਂ ਗੱਲਾਂ 'ਚ ਨਹੀਂ ਜਾਣਾ ਉਹ ਦੂਜੇ ਪਾਸੇ ਚਲੀ ਜਾਏਗੀ ਗੱਲ ਐਮਪੀ ਦੀ ਇਲੈਕਸ਼ਨ ਨੂੰ ਕਿਸ ਤਰ੍ਹਾਂ ਆਪਾਂ ਮੰਨ ਕੇ ਚੱਲ ਰਹੇ ਆ ਕਿ ਇਹ ਉਹਦੀ ਐਕਸਰਸਾਈਜ਼ ਹੈ ਟ੍ਰਾਇਲ ਹੈ ਉਹਦਾ ਮੈਂ ਸਮਝਦਾ ਕਿ ਉਹਦੇ ਨਾਲ ਕੋਈ ਸੰਬੰਧ ਨਹੀਂ ਸਗਦਾ ਉਸੇ ਸਾਫ ਬਣਾ ਲੀ ਨੀ ਪਰ ਇਹ ਤਾਂ ਤੁਸੀਂ ਮੰਨਦੇ ਹੋ ਨਾ ਕਿ ਰਿਫਲੈਕਟ ਤਾਂ ਕਰੇਗੀ ਰਿਫਲੈਕਟ ਇਹ ਕਰੇਗੀ ਕਿ ਅਸੀਂ ਇਕੱਠੇ ਹੋ ਕੇ ਲੜ ਰਹੇ ਹਾਂ ਜੇ ਇਕੱਠੇ ਹੋਈਆਂ ਵੀ ਇਹ ਇਹ ਹੋਏਗਾ ਸੰਭਾਵਨਾ ਸੰਭਾਵਨਾ ਬਹੁਤ ਜ਼ਿਆਦਾ ਇਹ ਹੋਏਗੀ ਕਿ ਅਸੀਂ ਇਕੱਠੇ ਹੀ ਲੜਾਂਗੇ ਐਮਪੀ ਦੀ ਇਲੈਕਸ਼ਨ ਐਮਪੀ ਦੇ ਇਕੱਠੇ ਮਤਲਬ ਸੰਭਾਵਨਾ ਕਹਿ ਰਹੇ ਹਾਂ ਹਮੇਸ਼ਾ ਮੇਰੇ ਮਿਲੂ ਅਕਰ ਹਕਨੀ ਕਹਿੰਦਾ ਕਿ ਨਹੀਂ ਨਹੀਂ ਹੋ ਗਿਆ ਇਹ ਫੈਸਲਾ ਹੋਇਆ ਜਦੋਂ ਹਲੇ ਫੈਸਲੇ ਨਹੀਂ ਹੋਏ ਫੈਸਲੇ ਉਹ ਕੇਂਦਰ ਦੇ ਵਿੱਚ ਕਰਨਗੇ ਸਾਡੀ ਪਾਰਟੀ ਨੇ ਇੱਕ ਪੰਜ ਮੈਂਬਰ ਕਮੇਟੀ ਕਾਂਗਰਸ ਨੇ ਬਣਾਈ ਹੈ ਉਹ ਦੂਜੀਆ ਪਾਰਟੀਆਂ ਨਾਲ ਗੱਲਬਾਤ ਕਰਦੀ ਹੈ ਪਰ 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 ਇਸ 'ਚ ਤੁਸੀਂ ਸਭ ਤੋਂ ਵੱਧ ਰੜਕ ਰਹੇ ਹੋ ਖਾਸ ਕਰਕੇ ਬੀਜੇਪੀ ਨੂੰ ਬੀਜੇਪੀ ਚੰਡੀਗੜ੍ਹ ਨੂੰ ਤੁਸੀਂ ਰੜਕ ਰਹੇ ਹੋ ਕਿ ਪਵਨ ਵਾਂਸਲ ਸਾਹਿਬ ਜਿਹੜੇ ਨੇ ਦੁਬਾਰਾ ਡੰਡ ਬੈਠਕਾ ਮਾਰਨ ਲੱਗ ਪਏ ਉਹ ਜਿਹੜਾ ਇਸ ਵਾਰ ਟੱਕਰ ਦੇਣਗੇ ਦੇਣਗੇ ਤਾਂ ਤੁਹਾਡੀ ਆਪਣੀ ਤਿਆਰੀ ਕਿਸ ਤਰ੍ਹਾਂ ਦੀ ਹੈ ਐਮਪੀ ਦੀ ਮੈਂ ਵੇਖਿਆ ਕਿ ਉਹਨਾਂ ਦੇ ਇੱਕ ਆਫੀਸ਼ੀਅਲ ਸਪੋਕਸਪਰਸਨ ਬੀਜੇਪੀ ਵਾਲੇ ਕਾਫੀ ਜ਼ੋਰ ਨਾਲੇ ਬੋਲ ਰਹੇ ਸਨ ਕਿ ਪਵਨ ਪਾਂਸਲ ਨੇ ਐ ਕਰ ਦਿੱਤਾ ਉਹ ਐ ਕਰ ਦਿੱਤਾ ਤੁਸੀਂ ਰੜਕ ਰਹੇ ਹੋ ਸਾਰਿਆਂ ਬਾਕੀ ਆਪ ਦਾ ਸਦ ਮਾ ਵੀ ਨਹੀਂ ਜਾਣਦੇ ਤੁਸੀਂ ਪਰ ਇਹ ਇਹ ਗੱਲ ਮੇਰਾ ਖਿਆਲ ਹਾਲੇ ਸਵਾਲ ਹੀ ਪੈਦਾ ਨਹੀਂ ਹੁੰਦਾ ਇਸ ਚੀਜ਼ ਦਾ ਕੀ ਹੈ ਇਥੇ ਮੈਂ ਆਪਣਾ ਪਾਰਟੀ ਦੇ ਮੈਂਬਰ ਹੋਣ ਦੇ ਨਾਤੇ ਆਪਣਾ ਇੱਕ ਫਰਜ਼ ਨਿਭਾ ਰਿਹਾ ਹਾਂ ਕਿ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਕਿ ਉੱਪਰ ਵਾਸਤੇ ਅਸੀਂ ਇੱਕ ਮਾਹੌਲ ਹੋਰ ਬਣਾ ਰਹੇ ਹਾਂ ਕਿ ਇੱਥੇ ਸ਼ੁਰੂਆਤ ਹੋ ਗਈ ਜੀ ਲੋਕ ਸਭਾ ਨਹੀਂ ਹੈ ਇਹ ਇੱਕ ਕਾਰਪੋਰੇਸ਼ਨ ਹੈ ਇੱਥੇ ਵੋਟਾ ਹੋਰ ਢੰਗ ਨਾਲ ਪੈਣੀਆਂ ਨੇ ਕਿਉਂਕਿ ਤੁਸੀਂ ਇੱਕ ਦੇਖਿਆ ਕਿ ਕਾਰਪੋਰੇਸ਼ਨ ਦੇ ਵੇਲੇ ਜਦੋਂ ਸੀ 35 ਵੋਟਾਂ ਦੇ ਵਿੱਚ ਕਾਂਗਰਸ ਦੇ ਕਈ ਲੋਕ ਨਿਕਲ ਕੇ ਆਪ ਚ ਖੜੇ ਚਲੇ ਗਏ ਸਨ ਉਹ ਉਧਰੋਂ ਖੜੇ ਹੋ ਗਏ ਸਨ ਕਈ ਸਾਡੇ ਇੰਡੀਪੈਂਡੈਂਟ ਖੜੇ ਹੋ ਗਏ ਸੀ ਜੀ ਜੀ ਭਾਜਪਾ ਦੇ ਵੀ ਆਏ ਹੋ ਗਏ ਸਨ ਕੁਝ ਜੀ ਅਕਾਲੀ ਦਾ ਇੱਕੋ ਹੀ ਹੁੰਦਾ ਉਹਨਾਂ ਦੇ ਨਾਲ ਨਹੀਂ ਸੀ ਹੋਇਆ ਸਾਡੇ ਦੋਨੋਂ ਪਾਰਟੀਆਂ ਨਾਲ ਆਏ ਹੋਇਆ ਸੀ ਅਤੇ ਪਰ ਰਿਜ਼ਲਟ ਇਹ ਸੀ ਵੋਟਾਂ ਦਾ ਅਖੀਰ ਦੇ ਵਿੱਚ ਕਿ ਸਾਰਿਆਂ ਨਾਲ ਜ਼ਿਆਦਾ ਵੋਟਾਂ ਵੋਟਾਂ ਜਿੰਨੋਂ ਪਾਰਟੀਆਂ ਦੇ ਵਿੱਚੋਂ ਕਾਂਗਰਸ ਨੂੰ ਸਾਰਿਆਂ ਨਾਲ ਜ਼ਿਆਦਾ ਵੋਟ ਵੋਟ ਪਰਸੈਂਟੇਜ ਵੋਟ ਪਰਸੈਂਟੇਜ ਵੋਟ ਨੰਬਰ ਕਾਂਗਰਸ ਨੂੰ ਜ਼ਿਆਦਾ ਪਿਆ ਸੀ ਸੀਟਸ ਹਨ ਅਸੀਂ ਜਿੱਤੇ ਜ਼ਿਆਦਾ ਵੋਟਾਂ ਤੇ ਹਾਰੇ ਥੋੜੀਆਂ ਥੋੜੀਆਂ ਵੋਟਾਂ ਤੇ ਹਰ ਇੱਕ ਸੀਟ ਪੈਂਤੀ ਜਗਾ ਹੋ ਗਿਆ ਨਾ ਇਸ ਕਰਕੇ ਮੈਂ ਉਹਦਾ ਨਾਲ ਕੋਈ ਕਨੈਕਸ਼ਨ ਨਹੀਂ ਕਹਿੰਦਾ ਹੁੰਦਾ ਉਹਦਾ ਅਲੱਗ ਉਦੋਂ ਲੋਕਾਂ ਨੇ ਉੱਥੋਂ ਦਾ ਕੰਮ ਵੇਖਣਾ ਹੈ ਪੂਰੇ ਚੰਡੀਗੜ੍ਹ ਦੇ ਵਿੱਚ ਐਮਪੀ ਦਾ ਕੀ ਕੰਮ ਹੈ ਚੰਡੀਗੜ੍ਹ ਦੇ ਵਿੱਚ ਉਹ ਕੀ ਕਰਦਾ ਹੈ ਕੀ ਉਹਨੇ ਕੰਮ ਕੀਤਾ ਅੱਗੇ ਪਿੱਛੇ ਕੀ ਕੰਮ ਕੀਤਾ ਹੈ ਚੰਡੀਗੜ੍ਹ ਨਾਲ ਉਹਦਾ ਤਾਲੁਕ ਹੈ ਚੰਡੀਗੜ੍ਹ ਨੂੰ ਆਪਣਾ ਸਮਝਦਾ ਹੈ ਆਪਣਾ ਸ਼ਹਿਰ ਸਮਝਦਾ ਹੈ ਕਿ ਆਪਣਾ ਸ਼ਹਿਰ ਨਹੀਂ ਸਮਝਦਾ ਇਹਦੇ ਵਿੱਚ ਜੀ ਜਾਨ ਲਾ ਕੇ ਕੰਮ ਕਰਦਾ ਹੈ ਉਹਨਾਂ ਨੇ ਇਹ ਗੱਲਾਂ ਵੇਖ ਕੇ ਉਦੋਂ ਉਹ ਫੈਸਲੇ ਕਰਨੇ ਨੇ ਇਹ ਤਾਂ ਇੱਕ ਮੈਫਿਰੂ ਕਹਿ ਰਹੇ ਆ ਇੱਕ ਅੱਛਾ ਮਾਹੌਲ ਦੀ ਇੱਕ ਸ਼ੁਰੂਆਤ ਹੈ ਦੋ ਪਾਰਟੀਆਂ ਵਿਊ ਦੇ ਤੌਰ ਤੇ ਹੀ ਲਹਿ ਰਿਹਾ ਬਿਲਕੁਲ ਤੁਸੀਂ ਖੁਦ ਹੀ ਖੈਰ ਉਸ ਪਾਸੇ ਲੈ ਗਏ ਉਹ ਗੱਲ ਨੂੰ ਮੈਂ ਪਿੱਛੇ ਜੇ ਸਤਪਾਲ ਜੈਨ ਜਿਹੜੇ ਤੁਹਾਡੇ ਸਿਆਸੀ ਵਿਰੋਧੀ ਨੇ ਪਰ ਉਹ ਵੀ ਐਮਪੀ ਰਹੇ ਨੇ ਇਸ ਵਕਤ ਉਹ ਐਡੀਸ਼ਨਲ ਸੋਲਿਸਟਰ ਜਰਨਲ ਆਫ ਇੰਡੀਆ ਨੇ ਉਹਨਾਂ ਨੇ ਵੀ ਸਪਸ਼ਟ ਤੌਰ ਦੇ ਉੱਤੇ ਕਿਹਾ ਕਿ ਮੈਂ ਪਾਰਟੀ ਦਾ ਹੁਕਮ ਮੰਨਣ ਲਈ ਪਹਿਲਾਂ ਵੀ ਤਿਆਰ ਰਿਹਾ ਤੇ ਹੁਣ ਵੀ ਤਿਆਰ ਹ ਪਰ ਉਹਨਾਂ ਨੇ ਸਿੱਧਾ ਸਾਫ ਸ਼ਬਦਾਂ ਚ ਇਹ ਕਹਿ ਦਿੱਤਾ ਸਾਡੇ ਡੈਨਿਕ ਸਵੇਰਾ ਦੇ ਪਲੇਟਫਾਰਮ ਤੇ ਹੀ ਕਿ ਮੈਂਬਰ ਪਾਰਲੀਮੈਂਟ ਸ਼ਹਿਰ ਦੇ ਵਿੱਚ ਰਹਿੰਦਾ ਹੋਣਾ ਜ਼ਰੂਰੀ ਹੈ ਸ਼ਹਿਰ ਦੇ ਗਲੀ ਮੁਹੱਲੇ ਆਂਡ ਗਵਾਂਡ ਉਹਦਾ ਭੇਤੀ ਹੋਣਾ ਜ਼ਰੂਰੀ ਆ ਉਹਦਾ ਇਸ਼ਾਰਾ ਆਪਾਂ ਸਮਝਨੇ ਆ ਕਿ ਉਹਨਾਂ ਨੇ ਕੀ ਕਹਿਣਾ ਚਾਹਿਆ ਤੁਹਾਡਾ ਦ੍ਰਿਸ਼ਟੀਕੋਣ ਕੀ ਹੈ ਕਿ ਪਿਛਲੇ 2 ਟਰਮਾਂ ਤੋਂ ਜੋ ਮੈਂਬਰ ਪਾਰਲੀਮੈਂਟ ਨੇ ਸਾਡੇ ਕਿਰਨ ਖੇਰ ਉਹ ਉਹਨਾਂ ਦਾ ਇਹ ਇਲਜ਼ਾਮ ਲੱਗ ਰਿਹਾ ਹੈ ਇਵਨ ਕਿ ਵਿਦਿਨ ਪਾਰਟੀ ਵੀ ਗੱਲਾਂ ਦਮੂ ਜਬਾਨ ਚ ਹੋ ਰਹੀਆਂ ਨੇ ਕਿ ਉਹਨਾਂ ਦਾ ਰਾਬਤਾ ਬੜਾ ਘੱਟ ਹੈ ਸ਼ਹਿਰ ਨਾਲ ਤੁਸੀਂ ਕੀ ਜਨਲ ਵਿਊ ਰੱਖਦੇ ਹੋ ਕਿ ਭਾਵੇਂ ਤੁਹਾਡੀ ਵਿਰੋਧੀ ਪਾਰਟੀ ਸਹੀ ਕਿ ਐਤਕੀ ਵੀ ਕੋਈ ਜਿਹੜਾ ਹੈ ਬਾਲੀਵੁੱਡ ਤੋਂ ਪੈਰਾਸ਼ੂਟਰਾਂ ਹੀ ਆ ਜਾਏਗਾ ਮੈਂ ਉਸਤੇ ਕੋਈ ਜਜਮੈਂਟ ਕਿਸੇ ਤਰ੍ਹਾਂ ਦੀ ਜਾਂ ਕੋਈ ਅਟਕਲਬਾਜੀ ਗੈਸ ਵਰਕ ਕੁਝ ਵੀ ਨਹੀਂ ਕਹ ਜਗਾ ਕਿਉਂਕਿ ਇਹ ਉਹਨਾਂ ਦਾ ਅੰਦਰੂਨੀ ਮਾਮਲਾ ਹੈ ਜਿਸ ਨੂੰ ਉਹ ਚਾਹਣਗੇ ਉਹ ਕੈਂਡੀਡੇਟ ਹੋਏਗਾ ਜਿਸ ਨੂੰ ਪਾਰਟੀ ਇੱਧਰ ਚਾਹੇਗੀ ਕਾਂਗਰਸ ਨੂੰ ਉਹ ਕਾਂਗਰਸ ਦਾ ਕੈਂਡੀਡੇਟ ਹੋਏਗਾ ਤੁਹਾਡੀ ਤਿਆਰੀ ਕਿੰਨੀ ਹੈ ਆਪਣੀ ਨਿੱਜੀ ਤੌਰ ਤੇ ਨਿੱਜੀ ਤੌਰ ਤੇ ਤਿਆਰੀ ਹਰ ਵਕਤ ਪੂਰੀ ਨਹੀਂ ਜੀ ਉਹ ਪਾਰਟੀ ਕਹੇ ਕਿ ਇਸ ਵਾਰ ਵੀ ਲੋੜੀਂਦੀ ਕਰਨਾ ਸਤਪਾਲ ਜੀ ਨੇ ਕਹੀਆਂ ਨੇ ਉਹਨਾਂ ਮੇਰੀਆਂ ਤੇ ਮੇਰੇ ਖਾਲੋਂ ਪੂਰੀ ਢੁਕਦੀਆਂ ਨਹੀਂ ਮੈਂ ਉਹਨਾਂ ਤੇ ਪੂਰਾ ਹਾਂ ਹਰ ਵਕਤ ਲੋਕਾਂ ਦੇ ਵਿੱਚ ਹਾਂ ਇੱਕ ਹੀ ਜਾਣੇ ਦਾ ਪਰਸਨਲ ਜੀ ਤੌਰ ਤੇ ਪਤਾ ਹੈ ਕਿਹੜੀ ਜਗ੍ਹਾ ਤੋਂ ਕੌਣ ਹੈ ਕਿੰਨੀ ਧੀਰ ਹੈ ਇੱਥੇ ਹੀ ਪੜਿਆ ਲਿਖਿਆ ਹਾਂ ਜੀ ਇੱਥੇ ਹੀ ਵਕਾਲਤ ਸ਼ੁਰੂ ਕੀਤੀ ਇੱ ਵਿਦੇ ਕਾਂਗਰਸ ਤੋਂ ਪਹਿਲਾਂ ਯੂਨੀਵਰਸਿਟੀ ਬਾ ਯੂਨੀਵਰਸਿਟੀ ਕਾਉਂਸਲ ਪੋਲਿਟਿਕ ਹਰ ਵਕਤ ਇੱਥੇ ਹੀ ਹਾਂ ਮੈਂ ਆਇਆ ਜਾਣੂ ਹਾਂ ਪਰ ਫੈਸਲਾ ਪਾਰਟੀ ਦਾ ਹੁੰਦਾ ਹੈ ਫੈਸਲਾ ਪਾਰਟੀ ਦਾ ਹੁੰਦਾ ਹੈ ਵਕਤ ਮੈਂ ਮੈਨੂੰ ਹੀ ਪਾਰਟੀ ਅੱਗੇ ਆਪਣਾ ਫਤਵਾ ਦਿੰਦੀ ਰਹੀ ਹੈ ਮੈਨੂੰ ਹੀ ਬਣਾਦੀ ਰਹੀ ਹੈ ਪਾਰਟੀ ਦੇ ਫੈਸਲੇ ਨਹੀਂ ਆਪਣੇ ਆਪ ਦੇ ਵਿੱਚ ਕੋਈ ਆਦਮੀ ਕੁਝ ਨਹੀਂ ਹੁੰਦਾ ਪਾਰਟੀ ਦੇ ਨਾਲ ਹੁੰਦਾ ਹੈ ਇਹ ਤਾਂ ਗੱਲ ਰਹੀ ਉੱਥੋਂ ਤੱਕ ਕਿ ਮੈਂ ਤੇ ਆਹ ਹਾਂ ਰੋਜ਼ਾਨਾ ਕੰਮ ਹੋ ਰਹੇ ਨੇ ਮੀਟਿੰਗਸ ਹੋ ਰਹੀਆਂ ਨੇ ਸਭ ਜਗ੍ਹਾ ਸਭ ਕੁਝ ਚੱਲ ਰਿਹਾ ਹੈ ਲੋਕਾਂ ਨਾਲ ਸੰਪਰਕ ਹੈ ਪਰ ਪਾਰਟੀ ਫੈਸਲਾ ਕਰੇਗੀ ਉਸ ਤੋਂ ਬਾਅਦ ਹੀ ਕੈਂਡੀਡੇਟ ਉਹ ਡਿਕਲੇਅਰ ਕਰਦੇ ਨੇ ਪਰ ਮੈਂ ਜੋ ਕਹਿਣਾ ਚਾਹਨਾ ਹਾਂ ਅਖੀਰ ਦੇ ਵਿੱਚ ਅਸੀਂ ਇੱਕ ਪਾਸੇ ਭਾਜਪਾ ਦੂਜੇ ਪਾਸੇ ਉਸ ਵਕਤ ਕੈਂਡੀਡੇਟ ਨਾਮੋਂ ਮੈਂ ਗੱਲ ਜ਼ਿਆਦਾ ਪਾਰਟੀ ਦੀ ਕਹਿਣਾ ਚਾਹਾਂਗਾ ਦੋਨੋਂ ਗੱਲਾਂ ਆਉਂਦੀਆਂ ਨੇ ਲੋਕ ਕੈਂਡੀਡੇਟ ਨੂੰ ਵੇਖਦੇ ਨੇ ਜਿਹੜਾ ਤੁਸੀਂ ਸਾਰਾ ਕਿਹਾ ਬਹੁਤ ਵੱਡਾ ਫੈਕਟਰ ਹੁੰਦਾ ਹੈ ਨਾਲ ਪਾਰਟੀ ਦਾ ਵੀ ਹੈ ਹੁਣ ਮੈਂ ਪਾਰਟੀ ਦਾ ਕਿਉਂ ਕਹਿ ਰਹੇ ਹਾਂ ਪਿਛਲੇ ਉਹ ਉਹਨਾਂ ਦੇ ਵਿੱਚ 2019 ਦੇ ਵਿੱਚ ਮੈਨੀਫੈਸਟੋ ਸ਼੍ਰੀਮਤੀ ਕਿਰਨ ਖੇਰਦਾ ਨਹੀਂ ਸੀ ਮੈਨੀਫੈਸਟੋ ਪਾਰਟੀ ਦਾ ਸੀ ਉਹਨਾਂ ਦਾ ਪਾਰਟੀ ਨੇ ਕਿਹਾ ਸੀ ਉੱਥੇ ਕਿ ਇਹ ਸੰਕਲਪ ਪੱਤਰ ਉਹਨਾਂ ਨੇ ਉਹਦਾ ਨਾਮ ਰੱਖਿਆ ਹੋਇਆ ਸੰਕਲਪ ਪੱਤਰ ਜੀ ਇਹ ਸੰਕਲਪ ਪੱਤਰ ਰਾਸ਼ਟਰੀ ਸੰਕਲਪ ਪੱਤਰ ਦਾ ਹਿੱਸਾ ਮਾਨ ਕੇ ਉਸਕੇ ਸਾਥ ਪੜ੍ਹਾ ਜਾਏ ਵੀ ਉਥੋਂ ਜੋ ਕੁਝ ਕਿਹਾ ਉਹ ਉਹ ਵੀ ਜੀ ਪਲੱਸ ਅਸੀਂ ਇੱਥੋਂ ਦਾ ਹੁਣ ਇੱਥੋਂ ਤੇ ਆਜੋ ਲੋਕਾਂ ਨੂੰ ਤਾਂ ਇੱਥੇ ਦੀ ਜ਼ਰੂਰਤ ਹੈ ਨਾ ਹਾਂ ਇੱਥੇ ਦੀ ਜ਼ਰੂਰਤ ਹੈ ਜੀ ਕਿ ਇਥੇ ਮੋਕੇ ਤੇ ਕਿਉਂ ਕਿ ਇਸ ਨੂੰ ਕਿਸੇ ਦੀ ਲੋੜ ਪੈ ਗਈ ਉਹਦੀ ਜ਼ਰੂਰਤ ਕੌਣ ਪੂਰੀ ਕਰਦਾ ਹੈ ਉਹ ਇਨਾਂ ਨੇ 56 ਉਸ ਤੇ ਮਸਲੇ ਲਿਖੇ ਸਨ ਚੰਡੀਗੜ੍ਹ ਦੇ ਜੀ 56 ਦੇ ਦੂਜੇ ਪਾਸੇ ਅਗਰ ਅੱਜ ਮੈਂ ਬਣਾ ਚੁੱਕੇ ਹਾਂ ਅਸੀਂ ਉਹ 55 ਦੇ 56 ਵਾਦੇ ਇਨਾਂ ਦੇ ਜਿਹੜੇ ਹਨ ਭਾਰਤੀ ਜਨਤਾ ਪਾਰਟੀ ਦੇ ਇੱਕ ਵੀ ਪੂਰਾ ਨਹੀਂ ਹੋਇਆ ਹੋਇਆ ਇੱਕ ਵੀ ਪੂਰਾ ਨਹੀਂ ਹੋਇਆ ਹੋਇਆ ਇਸ ਲਈ ਅਗਰ ਉਹ ਕੈਂਡੀਡੇਟ ਬਦਲ ਵੀ ਦੇਣ ਤਾਂ ਉਹ ਗੱਲਾਂ ਫੇਰ ਰਹਿਣ ਗਿਆ ਕਿਉਂਕਿ ਇਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਇਸੋਂ ਦੇ ਰਹਿੰਦੇ ਰਹੇ ਨੇ ਪ੍ਰੈਜ਼ੀਡੈਂਟ ਇਥੇ ਤਿੰਨ ਬਣੇ ਨੇ ਨੀ ਪੀਰੀਅਡ ਦੇ ਵਿੱਚ ਤਿੰਨੋਂ ਤੇ ਤਿੰਨ ਪ੍ਰੈਜ਼ੀਡੈਂਟ ਦੀ ਪੂਰੀ ਚੱਲੀ ਏ ਇਹ ਕਹੋ ਕਿ ਉਹਨਾਂ ਦੀ ਚੱਲਦੀ ਨਹੀਂ ਸੀ ਇਹ ਨਹੀਂ ਮੈਂ ਮੰਨਦਾ ਜੀ ਉਹਨਾਂ ਦੀ ਤਿੰਨਾਂ ਦੀ ਆਪਣੇ ਆਪਣੇ ਸਮੇਂ ਤੇ ਪੂਰੀ ਚੱਲੀ ਏ ਰਾਜ ਭਵਨ ਦੇ ਵਿੱਚ ਜਾ ਕੇ ਮੀਟਿੰਗਾਂ ਲੰਦੇ ਰਹੇ ਨੇ ਦਫ਼ਤਰਾਂ ਦੇ ਵਿੱਚ ਜਾ ਕੇ ਬੁਲਾਉਂਦੇ ਰਹੇ ਨੇ ਆਪਣੇ ਘਰਾਂ ਦੇ ਵਿੱਚ ਬੁਲਾਉਂਦੇ ਰਹੇ ਨੇ ਅਫਸਰਾਂ ਨੂੰ ਅਸੀਂ ਕਦੇ ਨਹੀਂ ਇਸ ਤਰ੍ਹਾਂ ਕਰਦੇ ਸੀ ਦੌਰੇ ਤੇ ਇਕੱਠੇ ਨਿਕਲ ਸਕਦੇ ਸੰ ਕਿਸੇ ਪਾਸੇ ਘਰਾਂ ਦੇ ਵਿੱਚ ਮੈਂ ਬੁਲਾ ਕੇ ਮੀਟਿੰਗਾਂ ਨਹੀਂ ਇਸਾਂ ਕਰਦਾ ਇਹਨਾਂ ਨੇ ਉਹ ਸਭ ਚੀਜ਼ ਦੇ ਬਾਵਜੂਦ ਇਹ ਤੋਂ ਕੋਈ ਵੀ ਕੰਮ ਕਰਵਾ ਨਹੀਂ ਪਾਏ ਜਿਹੜੇ ਕਿ ਇਨਾਂ ਨੇ ਵਾਅਦੇ ਕੀਤੇ ਸਨ 56 ਵਾਅਦੇ ਕੀਤੇ ਸਨ 56 ਦੇ 56 ਪੂਰੇ ਦੇ ਪੂਰੇ ਉਹਨਾਂ ਚ ਫੇਲ ਹੋਏ ਨੇ ਉਹ ਸਾਡੇ ਸਾਰਿਆਂ ਦੇ ਸਾਹਮਣੇ ਆਏਗਾ ਲੋਕ ਵੇਖਣਗੇ ਲੋਕ ਵੇਖਣਗੇ ਇਹ ਲੋਕ ਭੁਗਤ ਰਹੇ ਨੇ ਲੋਕ ਭੁਗਤ ਰਹੇ ਨੇ ਵੀ ਕਿਹੜੀ ਕਿਹੜੀ ਚੀਜ਼ ਸਾਨੂੰ ਕਹੀ ਸੀ ਆਏ ਹੋ ਜੇਗੀ ਉਹ ਹੋਈ ਨਹੀਂ ਉਹ ਜਦੋਂ ਇਲੈਕਸ਼ਨਾਂ ਦਾ ਸਮੇਂ ਹੋਏਗਾ ਉਦੋਂ ਗੱਲਾਂ ਕਰਾਂਗੇ ਉਹਨਾਂ ਤੇ ਚਰਚਾ ਅੱਜ ਤਾਂ ਬਹੁਤ ਲੰਬੀ ਹੋ ਜਾਏਗੀ ਪਰ ਇੱਕ ਵੀ ਪੂਰਾ ਨਹੀਂ ਹੋਇਆ ਕੋਈ ਮੈਂ ਆਖਰੀ ਸਵਾਲ ਲੈਣਾ ਚਾਹਾਂਗਾ ਜੀ ਆ ਭਾਵੇਂ ਮੈਂ ਵਾਰ-ਵਾਰ ਕਹਿ ਰਿਹਾ ਸਾਨੂੰ ਤਾਂ ਮਹਿਸੂਸ ਹੋ ਰਿਹਾ ਹੈ ਕਿ ਜੋ ਐਮਪੀ ਇਲੈਕਸ਼ਨ ਨਾਲ ਭਾਵੇਂ ਤੁਹਾਨੂੰ ਡਿਲੇ ਦਾ ਵੀ ਸਾਹਮਣਾ ਕਰਨਾ ਪਿਆ ਹੈ ਹੋਰ ਵੀ ਤਿਕਤਾਈਆਂ ਨੇ ਪਰ ਇਸ ਚੋ ਇੱਕ ਗੱਲ ਹੈ ਕਿ ਤੁਹਾਡੀ ਬੌਂਡਿੰਗ ਜਿਹੜੀ ਆਮ ਆਦਮੀ ਪਾਰਟੀ ਨਾਲ ਹੈ ਉਹ ਬੜੀ ਚੰਗੀ ਜਿਹੜੀ ਸਿਹਤਮੰਦ ਪ੍ਰਤੀਤ ਹੋ ਰਹੀ ਹੈ ਰਗਵ ਚੱਡਾ ਸ਼ਾਇਦ ਇੱਥੇ ਹੀ ਧੁੱਪ ਦਾ ਆਨੰਦ ਤੁਹਾਡੇ ਨਾਲ ਮਾਣ ਕੇ ਗਏ ਨੇ ਨਹੀਂ ਮੈਂ ਉਹਨਾਂ ਕੋਲ ਗਿਆ ਸਾਂ ਉਹ ਗੱਲ ਇਸ ਤਰ੍ਹਾਂ ਸੀ ਉਹਨਾਂ ਦਾ ਫੋਨ ਆਇਆ ਜੀ ਕਿ ਮੈਂ ਇੱਥੇ ਆਇਆ ਹਾਂ ਤੁਹਾਡੇ ਕੋਲ ਆਣਾ ਚਾਹੁੰਦਾ ਹਾਂ ਜੀ ਤੇ ਅਸੀਂ ਪੌਣੇ 1 ਵਜੇ ਦਾ ਟਾਈਮ ਰੱਖਿਆ ਜੀ ਜੀ ਮੈਂ ਪੌਣੇ ਉਸ ਦਿਨ ਗੁਰਪੁਰਵ ਸੀ ਬਾਹਰ ਨਿਕਲਿਆ ਹੋਇਆ ਸਮੇਂ ਮੈਂ ਸਾਢੇ 12 ਮਹਿਸੂਸ ਕੀਤਾ ਕਿ ਮੈਂ ਘਰ ਤਹਾਰੇ ਘੰਟਾ ਨਹੀਂ ਪਹੁੰਚ ਸਕਾਂਗਾ ਜੀ ਜੀ ਤੇ ਉਹ ਪੌਣੇ 1 ਉਥੇ ਆਣਗੇ ਤੇ ਮੈਂ ਉਹਨਾਂ ਨੂੰ ਫੋਨ ਕੀਤਾ ਕਿ ਮੈਂ ਉਧਰ ਹੀ ਕਿਤੇ ਫਿਰ ਰਿਹਾ ਹਾਂ ਹਾਂ ਜੀ ਜੀ ਉਸ ਵਕਤ ਮੈਂ ਮਲੋਏ ਵਿੱਚ ਪਿੰਡ ਵਿੱਚ ਸੀਗਾ ਜੀ ਤੇ ਮੈਂ ਉੱਥੋਂ ਜਦੋਂ ਉਹ ਆਇਆ ਦੇ ਤਨਾਸ ਦੇ ਜਿਹੜੇ ਉਹ ਉਸ ਵਕਤ ਉੱਥੇ ਸਾਂ ਜੀ ਤੇ ਉਦੋਂ ਮੈਂ ਜਦੋਂ ਉਹਨਾਂ ਨੇ ਕਿਹਾ ਵੀ ਮੈਂ ਤੁਹਾਡੇ ਕੋਈ ਟਾਈਮ ਕਿਸੇ ਵਕਤ ਐਗਜ਼ੈਕਟ ਟਾਈਮ ਨਹੀਂ ਹੋਏਗਾ ਮੈਂ ਤੁਹਾਨੂੰ ਆਮ ਚੱਲਣ ਵੇਲੇ ਉਹ ਦੱਸ ਦਿਆਂਗਾ ਮੈਂ ਤੁਹਾਡੇ ਵੱਲ ਨੂੰ ਆ ਰਿਹਾ ਹਾਂ ਤੁਸੀਂ ਘਰ ਹੀ ਉਹ ਕਹਿੰਦੇ ਮੈਂ ਘਰ ਹੀ ਹਾਂ ਤੇ ਮੈਂ ਗਿਆ ਸਾਹਮਨਾ ਪਾਸ ਸਾਡੇ ਉੱਥੇ ਹੋਇਆ ਕੋਣ ਇੱਥੇ ਆਇਆ ਜਾਂ ਨਹੀਂ ਗਿਆ ਇਹਦੀ ਉਹ ਨਹੀਂ ਮੈਂ ਮੈਂ ਤਾਂ ਤੁਸੀਂ ਕਿਉਂਕਿ ਕਿ ਮਹੀ ਚਾਂਦ ਕਹਿੰਦਾ ਨਾ ਵੀ ਇੱਥੇ ਸੀ ਸ਼ਾਇਦ ਨਹੀਂ ਮੈਂ ਮੈਂ ਤਾਂ ਇੱਥੇ ਨਹੀਂ ਸੀ ਉਹਨਾਂ ਦੇ ਉੱਥੇ ਸੀ ਪਾਰਕ ਦੇਖਿਆ ਤੇ ਮੈਂ ਕਿ ਧੁੱਪ ਚ ਆਨੰਦ ਮਾਣਿਆ ਜਾ ਰਿਹਾ ਪਰ ਮੈਂ ਕਹਿਣਾ ਇਹ ਚਾ ਰਿਹਾ ਸੀ ਕਿ ਇਸ ਬਹਾਨੇ ਨਾਲ ਐਮਪੀ ਇਲੈਕਸ਼ਨ ਮੇਅਰ ਦੀ ਇਲੈਕਸ਼ਨ ਦੇ ਬਹਾਨੇ ਨਾਲ ਤੁਹਾਡਾ ਸਤਿਕਾਰ ਜਿਹੜਾ ਹੈਗਾ ਉਹ ਆਮ ਆਦਮੀ ਪਾਰਟੀ ਦੇ ਉੱਪਰਲੇ ਨੇਤਾਵਾਂ ਚ ਵੀ ਦੇਖਣ ਨੂੰ ਮਿਲਿਆ ਹੈ ਇਹ ਸਾਨੂੰ ਮਹਿਸੂਸ ਹੋਇਆ ਕਿ ਲੱਗਦਾ ਹੈ ਕਿ ਤੁਹਾਡੇ ਉੱਤੇ ਅਗਰ ਕਿਰਾਏ ਬਣਦੀ ਹੈ ਇੰਡੀਆ ਬਲੋਕ ਦੇ ਤਹਿਤ ਤੁਹਾਨੂੰ ਤਾਂ ਤੁਹਾਨੂੰ ਉਮੀਦ ਹੈ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਲੋਕਲ ਕਾਡਰ ਹੈ ਜਾਂ ਲੀਡਰਸ਼ਿਪ ਹੈ ਨੈਸ਼ਨਲ ਲੀਡਰਸ਼ਿਪ ਦੇ ਨਾਲ ਨਾਲ ਕਿ ਉਹ ਤੁਹਾਨੂੰ ਉਹਦਾ ਫਾਇਦਾ ਮਿਲੇਗਾ ਦੇਖੋ ਮੈਂ ਫਿਰ ਉਸੇ ਉਹੀ ਕਹਿਣਾ ਚਾਹਾਂਗਾ ਇਹ ਫੈਸਲਾ ਨਹੀਂ ਫੈਸਲਾ ਉਹਦਾ ਹੋਣਾ ਪਰ ਬੌਂਡਿੰਗ ਤਾਂ ਬਣੀ ਹੈ ਉਹਨਾਂ ਦੇ ਹੋਵੇਗਾ ਬਸ ਬੌਂਡਿੰਗ ਹੈ ਸਾਡੀ ਆਪਸ ਵਿੱਚ ਮੇ ਕਿਉਂਕਿ ਕਿਉਂਕਿ ਮਹਿਸੂਸ ਹੋ ਰਹੀ ਹੈ ਸਾਰਿਆਂ ਨੂੰ ਸਹੀ ਮਹਿਨੇ ਦੇ ਵਿੱਚ ਤਾਂ ਲੋਕਤੰਤਰ ਦੇ ਵਿੱਚ ਇਹ ਇਹੀ ਬੌਂਡਿੰਗ ਸਾਡੀਆਂ ਵਿਰੋਧੀ ਪਾਰਟੀਆਂ ਨਾਲ ਵੀ ਹੋਣੀ ਚਾਹੀਦੀ ਹੈ ਬਿਲਕੁਲ ਵਿਰੋਧੀ ਵਾਲਿਆਂ ਨਾਲ ਵੀ ਹੋਣਾ ਚਾਹੀਦਾ ਜਿਹੜੇ ਭਾਜਪਾ ਵਾਲੇ ਨੇ ਉਹਨਾਂ ਨਾਲ ਵੀ ਹੋਣਾ ਚਾਹੀਦਾ ਪਰ ਇੱਕ ਅਫਸੋਸ ਦੀ ਗੱਲ ਹੈ ਕਿ ਪਿਛਲੇ ਵਰਿਆਂ ਦੇ ਵਿੱਚ ਮੈਂ ਲੰਬੇ ਸਮੇਂ ਤੋਂ ਪਹਿਲਾਂ ਇਤਫਾਕ ਨਾਲ ਮੈਂ ਪਹਿਲਾਂ ਰਾਜ ਸਭਾ ਦਾ ਬਣਿਆ ਉਹਨਾਂ ਨੇ ਕਿਹਾ ਸੀ ਯੰਗ ਐਲਡਰਸ ਅਸੀਂ ਯੰਗ ਨੌਜਵਾਨ 35 35 ਸਾਲਾਂ ਦੀ ਉਮਰ ਤੋਂ ਉਦੋਂ ਵੀ ਛੋਟੀ ਉਮਰ ਦੇ ਕਹੀ ਜਾਂਦੇ ਉੱਥੇ ਪਹੁੰਚ ਗਏ ਤਾਂ ਉਦੋਂ ਤੋਂ ਵੇਖਿਆ ਹੈ ਮੇਰਾ ਰਾਜਨੀਤੀ 'ਚ ਲੋਕ ਉਦੋਂ ਵੀ ਕਹਿੰਦੇ ਸਨ ਕਿਸ ਤਰ ਗਿਰਦਾ ਜਾ ਰਿਹਾ ਹੈ ਅੱਜ ਉਰੋ ਹੁਣ ਪਰ ਸਿੰਘ ਆਪ ਵੇਖਿਆ ਹੈ ਉਦੋਂ ਤੇ ਹੁੰਦੇ ਵਿੱਚ ਗਿਰਦਾ ਜਾ ਰਿਹਾ ਫਰਕ ਪੈਂਦਾ ਜਾ ਰਿਹਾ ਅੱਗੇ ਆਪਸ ਹੀ ਭਾਈਚਾਰਾ ਬਹੁਤ ਹੁੰਦਾ ਸੀ ਹੁਣ ਤਾਂ ਕੋਈ ਇੱਕ ਸੈਂਟਰਲ ਹਾਲ ਚ ਬੈਠ ਕੇ ਇੱਕ ਪਾਰਟੀ ਦਾ ਦੂਜੇ ਪਾਰਟੀ ਦੇ ਮੈਂਬਰ ਨਾਲ ਗੱਲ ਵੀ ਕਰੇ ਤਾਂ ਦੂਜੇ ਉਹ ਸ਼ੱਕ ਨਾਲ ਵੇਖਣ ਲੱਗ ਜਾਂਦੇ ਨੇ ਇਹ じゃ ਨਹੀਂ ਹੋਣਾ ਚਾਹੀਦਾ ਵੱਡੇ ਵੱਡੇ ਲੀਡਰਸ ਉੱਤੇ ਹੁੰਦੇ ਸਨ ਉਹਨਾਂ ਦੇ ਅਸੀਂ ਸਾਰੇ ਕਦਰ ਸਾਰੇ ਉਹਨਾਂ ਦੇ ਸਤਿਕਾਰ ਕਰਦੇ ਸਾਂ ਬਾਜਪਈ ਸਾਹਿਬ ਬੜਵਾਨੀ ਜੀ ਕਿਹੜੇ ਕਿਹੜੇ ਉੱਥੇ ਲੋਕ ਮੁਰਸੀ ਨੇ ਕਿੰਨੇ ਕਿੰਨੇ ਹੁੰਦੇ ਸਨ ਮਧੂਦੰਤ ਵਰਦੇ ਜੀ ਮੈਂ ਬਹੁਤ ਲੰਬਾ ਪੀਰੀਅਡਸ ਵਿੱਚ ਬਹੁਤ ਤਰ੍ਹਾਂ ਦੇ ਵੇਖੇ ਨੇ ਉੱਥੇ ਉਹਨਾਂ ਦਾ ਅਸੀਂ ਸਤਿਕਾਰ ਕਰਦੇ ਸਾਂ ਬਾਹਰ ਉਹਨਾਂ ਨੂੰ ਚੰਗੀ ਤਰ੍ਹਾਂ ਮਿਲਦੇ ਸੀ ਹੱਥ ਜੋੜ ਕੇ ਪੂਰਾ ਕਰਦੇ ਉਹ 10 ਦਿਨ ਜਾ ਕੇ ਦੇਖੋ ਉੱਥੇ ਕੋਈ ਕਿਸੇ ਨਾਲ ਗੱਲ ਹੀ ਨਹੀਂ ਕਰ ਰਿਹਾ ਉਹ ਇੱਥੇ ਵੀ ਮਾਹੌਲ ਦਾ ਫਰਕ ਪਿਆ ਤਾਂ ਉਹ ਬੌਂਡਿੰਗ ਜਿਹੜਾ ਮੈਂ ਕਹਿ ਰਿਹਾ ਸਾਂ ਉਹ ਬੌਂਡਿੰਗ ਤਾਂ ਹੋਣੀ ਚਾਹੀਦੀ ਆਪਸ ਵਿੱਚ ਉਹ ਫੈਸਲੇ ਨੇ ਦੋਨੋਂ ਕਾਂਗਰਸ ਵਾਸਤੇ ਹੀ ਹੈ ਤੇ ਆਪ ਵਾਸਤੇ ਜੋ ਵੀ ਫੈਸਲਾ ਹੋਏਗਾ ਪਾਰਟੀਆਂ ਜੋ ਵੀ ਫੈਸਲਾ ਕਰਨਗੀਆਂ ਸਾਨੂੰ ਮੰਨਜ਼ੂਰ ਹੋਏਗਾ ਅਸੀਂ ਗੱਲ ਕੀਤੀ ਹੈ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਉਹਨਾਂ ਨਾਲ ਇਕ ਗੱਲ ਜੋ ਸਾਨੂੰ ਮਹਿਸੂਸ ਹੋਈ ਹੈ ਜੋ ਇਹਨਾਂ ਦੇ ਅੰਦਰ ਵੀ ਥੋੜਾ ਜਿਹਾ ਡਰ ਕਿਤੇ ਅਸੀਂ ਮਹਿਸੂਸ ਕੀਤਾ ਸਪਸ਼ਟ ਤੌਰ ਤੇ ਕਿ ਅਗਰ 30 ਜਨਵਰੀ ਨੂੰ ਵੀ ਇਲੈਕਸ਼ਨ ਹੁੰਦੀ ਹੈ ਤਾਂ ਕ੍ਰਾਸ ਵੋਟਿੰਗ ਦਾ ਡਰ ਤਾਂ ਚਲੋ ਕਿਸੇ ਪੱਧਰ ਤੇ ਹੋ ਸਕਦਾ ਕਿਤੇ ਨਾ ਕਿਤੇ ਹੁੰਦੀ ਹੀ ਹੈ ਜਾਂ ਐਬਸੈਂਟ ਰਹਿੰਦਾ ਪਰ ਸਭ ਤੋਂ ਵੱਡਾ ਕੇ ਸ਼ਾਇਦ ਜੋ ਵੈਲਟ ਪੇਪਰ ਹੈ ਉਹਦੇ ਨਾਲ ਕੋਈ ਕਾਰਸਤਾਨੀ ਨਾ ਹੋ ਜਾਏ ਇਹ ਇਹਨਾਂ ਦਾ ਖਦਸ਼ਾ ਹੈ ਤੇ ਇਹਨਾਂ ਦਾ ਅਸੀਂ ਦੇ ਤੌਰ ਤੇ ਇਲਜ਼ਾਮ ਹੈ ਜੋ ਕਾਬਜ਼ ਤੇ ਰਹਿ ਜਾਂ ਪ੍ਰਸ਼ਾਸਨ ਦੇ ਉੱਤੇ ਇਸ ਗੱਲ ਦਾ ਵੀ ਖਿਆਲ ਜਿਹੜਾ ਹੈ ਬਕਾਇਦਾ ਤੌਰ ਤੇ ਰੱਖਿਆ ਜਾ ਰਿਹਾ 30 ਜਨਵਰੀ ਬੜੀ ਨੇੜੇ ਹੈ ਪਤਾ ਲੱਗ ਜੇਗਾ ਕਿ ਇਸ ਇਲੈਕਸ਼ਨ ਦੀ ਜੋ ਇਹ ਐਕਸਰਸਾਈਜ਼ ਹੋਈ ਹੈ ਉਹਦਾ ਅੱਗੇ ਜਾ ਕੇ ਨਤੀਜਾ ਜਿਹੜਾ ਹੈ ਲੋਕ ਸਭਾ ਦੀ ਇਲੈਕਸ਼ਨ ਦੇ ਵਿੱਚ ਕਿਸ ਤਰ੍ਹਾਂ ਜੜਾਇ ਕੀ ਦੇ ਹੱਕ ਚ ਭੁਗਤਦਾ ਹੈ ਦੈਨਿਕ ਸਪਿਰਾ ਨੂੰ ਸਮਾਂ ਦੇਣ ਵਾਸਤੇ ਬਹੁਤ ਸ਼ੁਕਰੀਆ ਵਾਜਨਸਲ ਸਾਹਿਬ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਬਹੁਤ ਧੰਨਵਾਦ